ਪੰਜਾਬੀ ਰੇਡੀਓ ਯੂ ਐਸ ਏ ਸੁਣਨ ਵਾਲੇ ਸਾਡੇ ਸਾਰੇ ਮਾਣਕ ਸਰੋਤਿਆਂ ਦਾ ਨਿੱਘਾ ਜੀ ਐਂ ਆਖਦੇ ਹਾਂ ਜੀ ਪ੍ਰੋਗਰਾਮ ਝਰੋਖਾ ਦੇ ਵਿੱਚ। ਅਤੇ ਸਰੋਤਿਓ, ਤੁਹਾਨੂੰ ਪਤਾ ਕਿ ਹਰ ਵਾਰ ਦੀ ਤਰ੍ਹਾਂ ਇਹ ਜਿਹੜਾ ਪ੍ਰੋਗਰਾਮ ਅਸੀਂ ਲੈ ਕੇ ਆਉਂਦੇ ਹਾਂ ਇੱਕ ਅਹਿਮ ਮੁੱਦੇ ਦੇ ਉੱਤੇ ਜਿਹੜਾ ਸਾਡੀ ਸਿੱਖ ਜਾਂ ਪੰਜਾਬੀ ਕਮਿਊਨਿਟੀ ਨੂੰ ਅਫੈਕਟ ਕਰਦਾ, ਸਾਡੀ ਰੋਜ਼ਮਰਾ ਦੀ ਜ਼ਿੰਦਗੀ ਨੂੰ ਉਹਦਾ ਡਾਇਰੈਕਟ ਇੰਪੈਕਟ ਹੁੰਦਾ, ਉਹਦੇ ਸੰਬੰਧ ਦੇ ਵਿੱਚ ਅਸੀਂ ਗੱਲਾਂ ਬਾਤਾਂ ਕਰਦੇ ਹਾਂ। ਅਤੇ ਅੱਜ ਦਾ ਜਿਹੜਾ ਸਾਡਾ ਟਾਕ ਸ਼ੋਅ ਆ ਇੱਕ ਬੜੇ ਹੀ ਅਹਿਮ ਮੁੱਦੇ ਦੇ ਉੱਤੇ, ਸਾਨੂੰ ਸਾਰਿਆਂ ਨੂੰ ਪਤਾ ਕਿਉਂਕਿ ਅਸੀਂ ਅਮੈਰੀਕਾ ਦੇ ਵਿੱਚ ਜਿਹੜੀ ਪੰਜਾਬੀ ਰੇਡੀ ਯੂ ਐਸ ਏ ਦੇ ਹੈੱਡਕੁਆਟਰਸ ਆ ਇੱਥੇ, ਇੱਥੇ ਕਾਫੀ ਸਮੇਂ ਤੋਂ ਸਿੱਖੀ ਪਛਾਣ ਦੀਆਂ ਜਿਹੜੀਆਂ ਮੁਸ਼ਕਲਾਂ ਸਿੱਖਾਂ ਨੂੰ ਆ ਰਹੀਆਂ ਉਹਦੇ ਸੰਬੰਧ ਦੇ ਵਿੱਚ ਗੱਲਾਂ ਬਾਤਾਂ ਹੁੰਦੀਆਂ ਆਈਆਂ। ਪੰਜਾਬੀ ਰੇਡੀਓ ਯੂ ਐਸ ਏ 'ਤੇ ਵੀ ਅਸੀਂ ਕਾਫੀ ਸ਼ੋਅ ਦੇ ਸੰਬੰਧ ਵਿੱਚ ਕੀਤੇ, ਪਰ ਅੱਜ ਜਿਹੜਾ ਇੱਕ ਬੜਾ ਅਹਿਮ ਕੇਸ ਸਾਡੇ ਸਾਹਮਣੇ ਆਇਆ ਨਵੰਬਰ ਦੇ ਅੱਧ ਦੇ ਵਿੱਚ ਇਹਦਾ ਡਿਸੀਜਨ ਆਇਆ, ਉਹ ਇਹ ਸੀ ਕਿ ਜਿਹੜੇ ਕੁਝ ਸਾਡੇ ਟਰੱਕਿੰਗ ਇੰਡਸਟਰੀ ਦੇ ਵਿੱਚ ਵੀਰ ਭਰਾ ਹੈਗੇ ਸੀ, ਉਹਨਾਂ ਦਾ ਇੱਕ ਕੇਸ ਸਿੱਖ ਕੁਲੇਸ਼ਨ ਨੇ ਲੜਿਆ, ਜੇ ਬੀ ਹੰਟ, ਜਿਹਦੇ ਬਾਰੇ ਕਾਫੀ ਸਾਡੇ ਸਰੋਤਿਆਂ ਨੂੰ ਜਿਹੜੇ ਟਰੱਕਿੰਗ ਬਿਜ਼ਨਸ ਦੇ ਵਿੱਚ ਹੈਗੇ ਉਹਨਾਂ ਨੂੰ ਪਤਾ ਹੋਊਗਾ ਕਿ ਬਹੁਤ ਵੱਡੀ ਟਰੱਕਿੰਗ ਕੰਪਨੀ ਆ, ਉਹਦੇ ਖਿਲਾਫ਼ ਇੱਕ ਲਾਅ ਸੂਟ ਜਿਹੜਾ ਉਹ ਜਿੱਤਿਆ ਸੀ ਸਿੱਖ ਕੁਲੇਸ਼ਨ ਦੀ ਹੈਲਪ ਦੇ ਨਾਲ, ਚਾਰ ਸਿੱਖ ਟਰੱਕ ਡਰਾਈਵਰਸ ਨੇ। ਸੋ ਉਹਦੇ ਸੰਬੰਧ ਦੇ ਵਿੱਚ ਅਸੀਂ ਗੱਲਾਂ ਬਾਤਾਂ ਅੱਜ ਦੇ ਸ਼ੋਅ ਦੇ ਵਿੱਚ ਕਰਨੀਆਂ, ਅਤੇ ਅੱਜ ਇਸ ਸ਼ੋਅ ਦੇ ਵਿੱਚ ਅਸੀਂ ਬੜੇ ਮਾਣ ਮਹਿਸੂਸ ਕਰਦੇ ਹਾਂ ਕਿ ਸਾਡੇ ਨਾਲ ਉਹਨਾਂ ਦੇ ਵਿੱਚੋਂ ਟਰੱਕ ਡਰਾਈਵਰਸ ਦੇ ਵਿੱਚੋਂ ਸਰਦਾਰ ਲਖਬੀਰ ਸਿੰਘ ਜੀ ਸਾਡੇ ਨਾਲ ਲਾਈਨ 'ਤੇ ਨੇ, ਅਤੇ ਸਿੱਖ ਕੁਲੇਸ਼ਨ ਤੋਂ ਪਵਨਪ੍ਰੀਤ ਕੌਰ ਜੀ ਜਿਹੜੇ ਕਿ ਸਟਾਫ ਅਟਰਨੀ ਨੇ ਸਿੱਖ ਕੁਲੇਸ਼ਨ ਦੇ ਕੈਲੀਫੋਰਨੀਆ ਏਰੀਆ ਦੇ, ਉਹ ਸਾਡੇ ਨਾਲ ਇਸ ਸ਼ੋਅ ਦੇ ਵਿੱਚ ਹਾਜ਼ਰੀ ਭਰਨਗੇ, ਸਾਡੇ ਨਾਲ ਜੁੜਨਗੇ ਅਤੇ ਆਪਣੇ ਜਿਹੜੇ ਐਕਸਪੀਰੀਅੰਸਿਸ ਹੈਗੇ ਇਸ ਕੇਸ 'ਤੇ ਉਹ ਸਾਡੇ ਨਾਲ ਸ਼ੇਅਰ ਕਰਨਗੇ। ਸੋ ਸਭ ਤੋਂ ਪਹਿਲਾਂ ਫਤਿਹ ਬੁਲਾਉਂਦਾ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਲਖਬੀਰ ਸਿੰਘ ਜੀ, ਸਭ ਤੋਂ ਪਹਿਲਾਂ ਸ਼ੁਰੂਆਤ ਤੁਹਾਡੇ ਤੋਂ ਕਰਦੇ ਹਾਂ, ਤੁਸੀਂ ਬਰੀਫਲੀ ਜੀ ਆਪਣੇ ਬਾਰੇ ਦੱਸਿਓ, ਤੁਸੀਂ ਕਿੰਨੇ ਸਮੇਂ ਤੋਂ ਟਰੱਕਿੰਗ ਇੰਡਸਟਰੀ ਦੇ ਵਿੱਚ ਹੈਗੇ ਹੋ ਤੇ ਤੁਸੀਂ ਤੁਹਾਡੀ ਰਿਹਾਇਸ਼ ਕਿੱਥੇ ਆ ਜੀ? ਹਾਂਜੀ, ਮੈਂ ਤਾਂ 10 ਸਾਲ ਤੋਂ ਟਰੱਕਿੰਗ ਲਾਈਨ ਵਿੱਚ ਹੈਗਾ ਜੀ। ਪਹਿਲਾਂ ਸਭ ਤੋਂ ਪਹਿਲਾਂ ਮੈਂ ਤੁਹਾਡਾ ਧੰਨਵਾਦ ਕਰਨਾ ਚਾਹਨਾ ਅਦਾਰਾ ਪੰਜਾਬੀ ਰੇਡੀਓ ਯੂ ਐਸ ਏ ਦਾ, ਜਿਨ੍ਹਾਂ ਨੇ ਆਪਣੇ ਸਮੇਂ ਕੀਮਤੀ ਸਮੇਂ ਚੋਂ ਕੀਮਤੀ ਸਮਾਂ ਕੱਢ ਕੇ ਸਾਨੂੰ ਦਿੱਤਾ ਆ ਵੀ ਅਸੀਂ ਲੋਕਾਂ ਨੂੰ ਉਜਾਗਰ ਕਰ ਸਕੀਏ। ਮੈਂ ਟਰੱਕਿੰਗ ਦਾ ਸੀ 10 ਸਾਲ ਤੋਂ ਹਾਂ ਜੀ। ਮੈਂ ਸੈਂਟਰ ਵੈਲੀ ਕਾਉਂਟੀ ਦੇ ਵਿੱਚ ਰਹਿ ਰਿਹਾ ਜੀ। ਜੀ ਜੀ, ਧੰਨਵਾਦ। ਤੇ ਪਵਨਪ੍ਰੀਤ ਕੌਰ ਜੀ, ਤੁਸੀਂ ਸਟਾਫ ਅਟਰਨੀ ਹੋ ਕੈਲੀਫੋਰਨੀਆ ਦੇ, ਤੁਸੀਂ ਤੁਹਾਡੀ ਰਿਹਾਇਸ਼ ਕਿੱਥੇ ਆ ਤੇ ਤੁਸੀਂ ਕਿੰਨੇ ਚਿਰ ਤੋਂ ਸਿੱਖ ਕੁਲੇਸ਼ਨ ਦੇ ਲਈ ਕੰਮ ਕਰਦੇ ਹੋ? ਮੈਂ ਸਿੱਖ ਕੁਲੇਸ਼ਨ ਤੇ 8 ਸਾਲ ਕੰਮ ਕਰਨ ਲੱਗੀ ਹਾਂ, ਤੇ ਮੈਂ ਓਕਲੈਂਡ ਏਰੀਆ ਦੇ ਵਿੱਚ ਰਹਿੰਦੀ ਹਾਂ, ਤੇ ਮੈਂ ਸਿਵਲ ਰਾਈਟਸ ਦੇ ਸਾਰੇ ਐਸਪੈਕਟਸ ਤੇ ਕੰਮ ਕਰਦੀ ਹਾਂ। ਅਸੀਂ ਹੇਟ ਕ੍ਰਾਈਮ ਐਡਵੋਕੇਸੀ ਵੀ ਕਰਦੇ ਹਾਂ, ਇੰਪਲੋਇਮੈਂਟ ਡਿਸਕ੍ਰਿਮੀਨੇਸ਼ਨ, ਪ੍ਰੋਫਾਈਲਿੰਗ ਤੇ ਪਬਲਿਕ ਅਕੋਮੋਡੇਸ਼ਨ ਦਾ ਕੰਮ। ਜੀ ਜੀ, ਥੈਂਕ ਯੂ ਮਿਹਰਬਾਨੀ ਜੀ। ਤੇ ਸਿਕੁਲੇਸ਼ਨ ਦਾ ਜਿਹੜਾ ਨਾਂ ਹੀ ਹੈਗਾ ਕਿਸੇ ਪਛਾਣ ਦੇ ਜਾਮ ਤੋਂ ਮੁਤਾਜ ਨਹੀਂ ਹੈਗਾ, ਸਾਨੂੰ ਸਾਰਿਆਂ ਨੂੰ ਪਤਾ ਕਾਫੀ ਸਮੇਂ ਤੋਂ ਉਹ ਸਿੱਖ ਹੱਕਾਂ ਦੇ ਲਈ ਜਿਹੜੇ ਆ ਉਹ ਲੜਦੇ ਆ ਰਹੇ, ਲੀਗਲ ਕੇਸਿਸ ਉਹਨਾਂ ਦੇ ਕਾਫੀ ਸਾਡੇ ਸਾਹਮਣੇ ਆਏ ਆ। ਸੋ ਲਖਬੀਰ ਸਿੰਘ ਜੀ, ਅਸੀਂ ਗੱਲਬਾਤ ਜਿਹੜਾ ਇਹ ਕੇਸ ਹੋਇਆ ਇਹਦੇ ਸੰਬੰਧ ਵਿੱਚ ਜਿਹੜੀ ਗੱਲਬਾਤ ਤੁਹਾਡੇ ਤੋਂ ਸ਼ੁਰੂ ਕਰਦੇ, ਕਿਉਂਕਿ ਤੁਸੀਂ ਵਨ ਆਫ ਦਾ ਵਿਕਟਿਮ ਸੀ, ਚਾਰ ਜਿਹੜੇ ਸਿੱਖ ਟਰੱਕ ਡਰਾਈਵਰ ਸੀ ਉਹਨਾਂ ਦੇ ਵਿੱਚੋਂ ਇੱਕ ਸੀ। ਸੋ ਤੁਸੀਂ ਥੋੜ੍ਹੀ ਜਿਹੀ ਪੰਜਾਬੀ ਰੇਡੀਓ ਯੂ ਐਸ ਏ ਦੇ ਸਰੋਤਿਆਂ ਦੇ ਜਾਣਕਾਰੀ ਹਿੱਤ ਤੁਸੀਂ ਦੱਸੋਗੇ ਕਿ ਇਹ ਗੱਲਬਾਤ ਜਿਹੜੀ ਆ ਤੁਹਾਡੇ ਨਾਲ ਡਿਸਕ੍ਰਿਮੀਨੇਸ਼ਨ ਹੈ ਕਦੋਂ ਸ਼ੁਰੂ ਹੋਈ ਤੇ ਇਹਦੀ ਥੋੜ੍ਹੀ ਹਿਸਟਰੀ ਕੀ ਆ? ਹਾਂਜੀ, ਮੈਂ ਇਹਦਾ ਜੋਬ ਲਈ ਅਪਲਾਈ ਕੀਤਾ ਔਨਲਾਈਨ, ਤੇ ਕੁਛ ਚਿਰ ਬਾਅਦ ਫਿਰ ਉਹਨੇ ਮੈਨੂੰ ਇਨਵੀਟੇਸ਼ਨ ਭੇਜਿਆ ਵੀ ਠੀਕ ਆ, ਤੈਨੂੰ ਅਸੀਂ ਸਿਲੈਕਟ ਕਰ ਲਿਆ, ਪਰ ਤੂੰ ਓਰੀਟੇਸ਼ਨ ਲਈ ਸਾਡੇ ਐਲ ਏ ਦਫ਼ਤਰ ਵਿੱਚ ਤੈਨੂੰ ਜਾਣਾ ਪੈਣਾ ਆ। ਤੇ ਜਦੋਂ ਮੈਂ ਉੱਥੇ ਐਲ ਏ ਦਫ਼ਤਰ ਵਿੱਚ ਗਿਆ, ਜੋ ਟੈਸਟ ਹੋਏ, ਰਿਟਨ ਟੈਸਟ ਹੋਇਆ, ਰੋਡ ਟੈਸਟ ਹੋਇਆ, ਉਹ ਜਿਹੜੇ ਸਾਰੇ ਟੈਸਟ ਸੀ ਉਹ ਕਲੀਅਰ ਕੀਤੇ, ਤੇ ਕਲੀਅਰ ਕਰਨ ਤੋਂ ਬਾਅਦ ਜਦੋਂ ਉਹਨੇ ਡਰੱਗ ਵਾਸਤੇ ਟੈਸਟ ਲੈਣਾ ਸੀ, ਤੇ ਜਿਹੜਾ ਹੁਣ ਸਿੱਖੀ ਸਰੂਪ ਆ ਗਿਆ, ਉਹਨੂੰ ਦੱਸਣ ਉਹਨੂੰ ਪਹਿਚਾਣ ਲਈ ਤਾਂ ਕੋਈ ਦੱਸਣ ਦੀ ਕੋਈ ਲੋੜ ਨਹੀਂ, ਦੂਸਰੇ ਨੂੰ ਪਤਾ ਲੱਗੇ ਜਾਂਦਾ ਵੀ ਹਾਂ ਵੀ ਇਹ ਸਿੱਖ ਕੌਮ ਨਾਲ ਸੰਬੰਧ ਰੱਖਦਾ ਬੰਦਾ। ਤੇ ਉਹਦੇ ਵਿੱਚੋਂ ਜਿਹੜਾ ਇੱਕ ਉਹਨਾਂ ਦਾ ਸੁਪਰਵਾਈਜ਼ਰ ਸੀ, ਉਹਨੂੰ ਮੈਂ ਉੱਪਰ ਜਦੋਂ ਡਰੱਗ ਟੈਸਟ ਲਈ ਜਾਣ ਲੱਗਾ, ਕਹਿੰਦਾ ਤੈਨੂੰ ਪਤਾ ਮੈਨੂੰ ਲੱਗਦਾ ਤੇਰੇ ਸਰੂਪ ਤੋਂ ਤੂੰ ਸਿੱਖ ਆ? ਮੈਂ ਕਿਹਾ ਹਾਂ ਮੈਂ ਸਿੱਖ ਆ, ਪਰ ਕਹਿੰਦਾ ਇਹ ਜਿਹੜੇ ਸਾਡੇ ਟੈਸਟ ਲੈਂਦੇ ਹੈਗੇ ਵਾਲ ਕੱਟ ਕੇ ਲੈਂਦੇ ਆ, ਤੂੰ ਵਾਲ ਕੱਟ ਕੇ ਦੇ ਸਕਦਾ ਆ? ਮੈਂ ਕਿਹਾ ਨਹੀਂ ਵੀ ਮੈਂ ਤਾਂ ਮੇਰੇ ਧਰਮ ਦੇ ਅਗੇਨਸਟ ਆ ਵੀ। ਕਹਿੰਦਾ ਫਿਰ ਤੂੰ ਮੇਰੇ ਦੂਜੇ ਮੈਨੇਜਰ ਜਿਹੜਾ ਸੇਫਟੀ ਮੈਨੇਜਰ ਆ ਉਹਦੇ ਨਾਲ ਗੱਲ ਕਰ। ਜਦੋਂ ਮੈਂ ਉੱਥੇ ਉਹਦੇ ਨਾਲ ਗਿਆ ਤੇ ਉਹਨਾਂ ਨਾਲ ਗੱਲ ਕੀਤੀ ਵੀ ਮੇਰਾ ਜਿਹੜਾ ਧਰਮ ਹੈ ਇਸ ਗੱਲ ਦੇ ਇਜਾਜ਼ਤ ਨਹੀਂ ਦਿੰਦਾ ਵੀ ਮੈਂ ਆਪਣੇ ਵਾਲ ਕੱਟ ਕੇ ਜਾਂ ਪੁੱਟ ਕੇ ਕਿਸੇ ਨੂੰ ਸਰੀਰ ਦੀ ਕਿਸੇ ਵੀ ਜਗ੍ਹਾ ਤੋਂ ਦੇਵਾਂ, ਕਿ ਮੇਰੇ ਧਰਮ ਦੇ ਅਗੇਨਸਟ ਆ। ਤੇ ਉਹਨੇ ਮੈਨੂੰ ਬਹੁਤ ਤਰ੍ਹਾਂ ਪ੍ਰੈਸ ਕਰਨ ਦੀ ਕੋਸ਼ਿਸ਼ ਕੀਤੀ ਵੀ
ਵੀ ਤੂੰ ਨਹੀਂ ਹੈ, ਕੁਛ ਨਹੀਂ ਹੁੰਦਾ, ਵੀ ਤੂੰ ਥੋੜ੍ਹੇ ਜਿਹੇ ਵਾਲ ਤੂੰ ਛਾਤੀ ਤੋਂ ਕੱਟ ਕੇ ਦੇ ਦੇ ਤੇ ਫਿਰ ਜੋਬ ਆ ਤੇਰੀ, ਏਦਾਂ ਏਦਾਂ। ਮੈਨੂੰ ਜਾਣੀ ਜ਼ਿਆਦਾ ਬੈਡ ਲੱਗਾ ਵੀ ਇਹ ਮੈਨੂੰ ਜ਼ਿਆਦਾ ਪ੍ਰੈਸ ਕਰ ਰਿਹਾ ਆ ਇਸ ਗੱਲ ਲਈ, ਤੇ ਮੈਂ ਉਹਨੂੰ ਮਨਾਹੀ ਕਰਤੀ, ਪਰ ਮੇਰੇ ਅੱਖਾਂ ਦੇ ਵਿੱਚ ਉਸ ਵੇਲੇ ਅੱਥਰੂ ਵੀ ਆ ਗਿਆ ਵੀ ਕਿੱਥੇ ਮੈਨੂੰ ਇਹਨੇ ਫਸਾ ਤਾ, ਕਿਹੜੀ ਜਗ੍ਹਾ ਦੇ ਵਿੱਚ ਮੈਂ ਜੋਬ ਛੱਡਾਂ ਜਾਂ ਆਪਣਾ ਧਰਮ ਛੱਡਾਂ। ਪਰ ਮੈਂ ਅਖੀਰ ਵਿੱਚ ਡਿਸਾਈਡ ਕੀਤਾ ਨਹੀਂ, ਧਰਮ ਜਿਹੜਾ ਸਭ ਤੋਂ ਉੱਪਰ ਆ, ਜੋਬ ਜਿਹੜੀ ਹੈ ਕੋਈ ਗੱਲ ਨਹੀਂ, ਇੱਥੇ ਨਹੀਂ ਕਿਤੇ ਹੋਰ ਮਿਲ ਜੂਗੀ। ਪਰ ਫਿਰ ਮੈਂ ਦੇਖਿਆ ਵੀ ਆਲਟਰਨੇਟਿਵ ਕੋਈ ਹੋ ਸਕਦਾ ਆ, ਤਾਂ ਮੈਂ ਆਪਣੇ ਸਿੱਖ ਕਮਿਊਨਿਟੀ ਦੇ ਬੰਦੇ ਜਿਹੜੇ ਆ ਉਹਨਾਂ ਨਾਲ ਆਪਣੇ ਨਾਲ ਗੱਲ ਕੀਤੀ ਸਿੱਖਾਂ ਨਾਲ, ਤੇ ਉਹਨੇ ਮੈਨੂੰ ਦੱਸਿਆ ਵੀ ਇਹਦਾ ਇੱਕ ਗੱਲ ਆ ਵੀ ਚਲੋ ਬਗਾਨੇ ਦੇਸ਼ ਵਿੱਚ ਚਲੋ ਆਏ ਹੈਗੇ ਅਸੀਂ, ਤੇ ਅਸੀਂ ਏਦਾਂ ਕਰਦੇ ਹਾਂ ਵੀ ਅਸੀਂ ਇਹ ਕਰ ਸਕਦੇ ਹਾਂ ਵੀ ਕੰਘਾ ਕਰਕੇ ਜਿਹੜੇ ਸਾਡੇ ਮੇਰੇ ਕੰਘੇ 'ਚ ਵਾਲ ਆਉਗੇ ਮੈਂ ਉਹ ਦੇ ਦਿੰਦਾ ਉਹਨਾਂ ਨੂੰ। ਜੀ ਤੇ ਜਦੋਂ ਮੈਂ ਜੀ ਉਹ ਕੰਘਾ ਕਰਕੇ ਦੀ ਗੱਲ ਕੀਤੀ ਮੈਂ ਵਾਲ ਦੇਣਾ, ਉਹ ਕਹਿੰਦਾ ਪੂਰਾ ਟੋਟਲੀ ਮਨਾਹੀ ਕਰਤੀ ਮੈਨੂੰ, ਕਹਿੰਦਾ ਨਹੀਂ ਅਸੀਂ ਤਾਂ ਇਹ ਤੇਰੇ ਵਾਲ ਜਿਹੜੇ ਆ ਪੁੱਟ ਕੇ ਹੀ ਲੈਣੇ ਹੈਗੇ, ਕੰਘਾ ਕਰਕੇ ਨਹੀਂ ਦੇ ਸਕਦਾ, ਕਿਉਂਕਿ ਕਹਿੰਦਾ ਕਹਿੰਦਾ ਡੇਢ ਵਜੇ ਹੁੰਦੇ ਆ ਤਾਂ ਇਹ ਨਹੀਂ ਸਾਨੂੰ ਚਾਹੀਦੇ। ਜੀ ਤੇ ਮੈਂ ਉਹਨੂੰ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਮੇਰੀ ਗੱਲ ਦੇ ਵਿੱਚ ਕੋਈ ਮੰਨਿਆ ਨਹੀਂ, ਤੇ ਪਰ ਮੈਂ ਉਹਨੂੰ ਇਹ ਵੀ ਕਿਹਾ ਵੀ ਇਹ ਕਹਿੰਦਾ ਨਹੀਂ ਜਿਹੜਾ ਇੱਥੇ ਕਿਹੜਾ ਕੋਈ ਦੇਖਦਾ ਹੈਗਾ, ਤੇਰੀ ਕਮਿਊਨਿਟੀ ਕਿਹੜਾ ਦੇਖਦੀ ਆ, ਤੂੰ ਛਾਤੀ ਥੋੜੇ ਵਾਲ ਕੱਟ ਕੇ ਦੇ ਦੇ ਆਪਣੇ। ਤੇ ਦੂਜਾ ਮੈਂ ਉਹਨੂੰ ਮਨਾਹੀ ਕੀਤੀ, ਮੈਂ ਕਿਹਾ ਜੇ ਕਮਿਊਨਿਟੀ ਨਹੀਂ ਦੇਖਦੀ ਉਹ ਪ੍ਰਮਾਤਮਾ ਦੇਖਦਾ ਹੈਗਾ ਆ, ਇੱਥੇ ਤੱਕ ਵੀ ਮੈਨੂੰ ਕਿਹਾ ਵੀ ਜਾਣੀ ਕਿ ਜੇ ਜਿਹੜਾ ਬੰਦਾ ਇੱਦਾਂ ਚੋਰੀ ਕਰਦਾ ਆ ਰੱਬ ਦੇ ਨਾਲ ਧੋਖਾ ਕਰਦਾ, ਤੁਹਾਡੀ ਤੋਂ ਕੰਪਨੀ ਨੂੰ ਕਿਹੜਾ ਉਹ ਫਾਇਦਾ ਕਰਨ ਲੱਗਾ, ਤੁਹਾਡੀ ਕੰਪਨੀ ਦਾ ਵੀ ਧੋਖਾ ਕਰੂਗਾ ਫਿਰ। ਜੀ 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 ਤੇ ਪਰ ਉਹਨੇ ਮੇਰੀ ਗੱਲ ਨਹੀਂ ਮੰਨੀ, ਕਹਿੰਦਾ ਇਹ ਉਹਨੇ ਮੈਨੂੰ ਇੱਕ ਕਿਹਾ ਕਹਿੰਦਾ ਮੇਰੀ ਕੋਈ ਦੂਜਾ ਨਹੀਂ ਹੈਗਾ ਵੀ ਮੈਂ ਤੇਰੇ ਖਿਲਾਫ ਆ, ਇਹ ਗੱਲ ਉਹਨੇ ਮੈਨੂੰ ਕਹੀ ਆ, ਮੇਰੀ ਕੰਪਨੀ ਦੀ ਪਾਲਿਸੀ ਹੈਗੀ ਆ। ਪਰ ਮੈਨੂੰ ਇਹ ਡਾਊਟ ਸੀ ਵੀ ਇਹ ਬੰਦਾ ਇਹ ਕਿਤੇ ਆਪਣੇ ਕੋਲੋਂ ਨਾ ਗੱਲ ਕਰਦਾ ਹੋਵੇ, ਮੈਂ ਉਸਨੂੰ ਫਿਰ ਕਿਹਾ ਵੀ ਇਹ ਜੇ ਤੁਸੀਂ ਮੈਨੂੰ ਲਿਖ ਕੇ ਦੇ ਸਕਦੇ ਆ, ਉਹਨੂੰ ਮੈਨੂੰ ਲਿਖ ਕੇ ਵੀ ਦੇ ਸਕਦਾ ਵੀ ਮੇਰੀ ਕੰਪਨੀ ਦੀ ਪਾਲਿਸੀ ਆ, ਉਹਦੇ ਕਰਕੇ ਮੈਂ ਡਿਮਾਂਡ ਕਰ ਰਿਹਾ। ਜੀ ਤੇ ਪਵਨਪ੍ਰੀਤ ਕੌਰ ਜੀ, ਇੱਕ ਸਵਾਲ ਤੁਹਾਡੇ ਲਈ ਇੱਥੇ ਇਹ ਆ ਕਿ ਜਿੱਦਾਂ ਉਹਨੇ ਇਹ ਕਿਹਾ ਸੀ ਕਿ ਤੁਹਾਨੂੰ ਜਿਹੜੇ ਕੇਸ ਆ ਜਾਂ ਵਾਲ ਆ ਉਹ ਤੁਹਾਨੂੰ ਪੁੱਟ ਕੇ ਹੀ ਦੇਣੇ ਪੈਣੇ ਜਾਂ ਕੱਟ ਕੇ ਹੀ ਦੇਣੇ ਪੈਣੇ ਆ, ਕੀ ਲਾਅ ਦੇ ਵਿੱਚ ਹੋਰ ਕੋਈ ਪ੍ਰੋਵੀਜ਼ਨਸ ਹੈਗੀਆਂ ਕਿ ਜਿਹਦੇ ਨਾਲ ਡਰੱਗ ਟੈਸਟਿੰਗ ਹੋ ਸਕਦੀ ਆ? ਹਾਂਜੀ, ਸੋ ਜਿਹੜੀ ਟਾਈਟਲ 7 ਹੈਗੀ ਆ ਸਿਵਲ ਰਾਈਟਸ ਐਕਟ ਦੀ, ਉਹ ਫੈਡਰਲ ਲਾਅ ਇਸ ਦੇਸ਼ ਦੇ ਵਿੱਚ ਆ, ਤੇ ਆਪਣੀ ਸਿਹਤ ਲਾਅ ਵੀ ਹੈਗੀ ਆ ਜਿਹੜੀ ਕਹਿੰਦੀ ਆ ਵੀ ਜੇ ਕੋਈ ਰਿਲੀਜੀਅਸ ਧਾਰਮਿਕ ਪ੍ਰੈਕਟਿਸ ਹੈਗੀ ਆ ਤੇ ਉਹ ਕਨਫਲਿਕਟ ਕਰਦੀ ਆ ਇੰਪਲੋਇਰ ਦੇ ਪ੍ਰੈਕਟਿਸ ਨਾਲ, ਫਿਰ ਇੰਪਲੋਇਰ ਦੀ ਮਜਬੂਰੀ ਬਣਦੀ ਆ ਵੀ ਉਹ ਉਸ ਬੰਦੇ ਜਾਂ ਬੁੜੀ ਨੂੰ ਅਕੋਮੋਡੇਸ਼ਨ ਦੇਵੇ। ਸੋ ਇਸ ਕੇਸ ਦੇ ਵਿੱਚ ਜਿਹੜਾ ਕੁਛ ਜੇਰੀ ਹੰਟ ਨੇ ਕੀਤਾ ਉਹ ਬਿਲਕੁਲ ਗੈਰ ਕਾਨੂੰਨੀ ਗੱਲ ਕੀਤੀ ਉਹਨਾਂ ਨੇ, ਤੇ ਉਹ ਨੋ ਟੈਸਟਿੰਗ ਵੀ ਦੇ ਸਕਦੇ ਸੀ ਤੇ ਯੂਰਿਨ ਟੈਸਟਿੰਗ ਵੀ ਦੇ ਸਕਦੇ ਸੀਗੇ ਆਪਸ਼ਨ। ਜੀ 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 ਸੋ ਪਰ ਲਖਬੀਰ ਸਿੰਘ ਜੀ ਉਹਨਾਂ ਤੁਹਾਨੂੰ ਇਹ ਦੋ ਆਪਸ਼ਨਸ ਨਹੀਂ ਦਿੱਤੀਆਂ ਉਸ ਟਾਈਮ ਦੇ ਉੱਤੇ? ਨਹੀਂ, ਉਹਨੇ ਦੱਸਿਆ ਇਹ ਨਹੀਂ ਦਿੱਤੀਆਂ ਜੀ ਉਸ ਟਾਈਮ ਜੀ, ਨਹੀਂ ਬਾਅਦ ਵਿੱਚ ਉਹ ਪਾਲਿਸੀ ਨੂੰ ਜਿੱਦਾਂ ਜਦੋਂ ਉਹਨਾਂ ਤੇ ਇਹ ਸਾਰਾ ਦੱਸਿਆ ਗਿਆ ਵੀ ਤੁਸੀਂ ਇਨਲੀਗਲ ਕਰ ਸਕਦੇ ਆ, ਇਹ ਇਨਲੀਗਲ ਆ, ਇਹ ਲੀਗਲ ਨਹੀਂ ਹੈਗਾ ਵੀ ਅਗੇਨਸਟ, ਇਹ ਯੂਨਾਈਟਿਡ ਸਟੇਟ ਦੀ ਪਾਲਿਸੀ ਲਾਅ ਦੇ ਅਗੇਨਸਟ ਆ ਇਹ, ਤਾਂ ਉਹਨੇ ਮੈਨੂੰ ਲੱਗਦਾ ਕੁਛ ਚਿਰ ਬਾਅਦ ਇਹ ਚੀਜ਼ਾਂ ਜਿਹੜੀਆਂ ਚੇਂਜ ਕਰਤੀਆਂ, ਬਾਅਦ ਵਿੱਚ ਕੀਤੀਆਂ, ਪਹਿਲਾਂ ਨਹੀਂ ਉਹਨਾਂ ਸ਼ਾਇਦ। ਠੀਕ ਆ ਜੀ, ਸੋ ਇਹਦੇ ਅਨੁਸਾਰ ਜੇ ਅਸੀਂ ਚੱਲਿਆ ਜਾਏ ਤਾਂ ਤੁਸੀਂ ਸਿੱਖ ਕੁਲੇਸ਼ਨ ਨੇ ਜਿਹੜਾ ਇਹ ਕੇਸ ਆ 2007 ਤੋਂ ਸ਼ੁਰੂ ਕੀਤਾ, ਜਿਹੜੀ ਕਿ ਇੰਨਾ ਟਾਈਮ ਲੱਗ ਕੇ ਉਹਨੂੰ ਮੁਕਾਮ ਦੇ ਉੱਤੇ ਪਹੁੰਚਦੇ ਹਾਂ। ਸੋ ਪਵਨਪ੍ਰੀਤ ਕੌਰ ਜੀ, ਤੁਹਾਡੇ ਲਈ ਇਹ ਸਵਾਲ ਆ ਕਿ ਜਿਹੜਾ ਇਹ ਕੇਸ ਸੀ ਇਹਦੇ ਵਿੱਚ ਕਿੱਦਾਂ ਦਾ ਤੁਹਾਨੂੰ ਓਵਰਆਲ ਜਿਹੜਾ ਰਿਸਪੋਂਸ ਸ਼ੁਰੂਆਤ ਦੇ ਵਿੱਚ ਜੇ ਬੀ ਹੰਟ ਤੋਂ ਕਿੱਦਾਂ ਦਾ ਮਿਲਿਆ, ਅਤੇ ਇਹ ਕਿੱਦਾਂ ਤੁਸੀਂ ਇਸ ਚੀਜ਼ ਨੂੰ ਸਾਰੇ ਨੂੰ ਪਰਸਿਊ ਕੀਤਾ? ਸੋ ਅਸੀਂ ਮੈਂ ਥੋੜ੍ਹੀ ਜਿਹੀ ਕਲੈਰੀਫਾਈ ਕਰਨਾ ਚਾਹੁੰਦੀ ਹਾਂ, ਅਸੀਂ ਇਹ ਲਾਅ ਸੂਟ ਨਹੀਂ ਸੀ ਫਾਇਲ ਕੀਤਾ ਸੀ, ਪਹਿਲੀ ਸਟੈਪ ਲਈ ਸੀਗੀ। ਚਾਰ ਜਿਹੜੇ ਸੈਕਸ ਸੀਗੇ ਜਿਹਨਾਂ ਨਾਲ ਡਿਸਕ੍ਰਿਮੀਨੇਸ਼ਨ ਹੋਈ ਸੀ ਉਹਨਾਂ ਨਾਲ ਅਸੀਂ ਕੰਪਲੇਂਟ ਫਾਇਲ ਕੀਤਾ ਸੀਗਾ ਇੱਕ ਬਾਡੀ ਨਾਲ, ਉਹ ਏਜੰਸੀ ਦਾ ਨਾਂ ਹੈਗਾ ਇਕੁਅਲ ਇੰਪਲੋਇਮੈਂਟ ਓਪਰਚੁਨਿਟੀ ਕਮਿਸ਼ਨ ਜਾਂ EEOC, ਅਤੇ ਉਹ ਇਨਵੈਸਟੀਗੇਟ ਕਰਦੀ ਆ ਡਿਸਕ੍ਰਿਮੀਨੇਸ਼ਨ ਕੰਪਲੇਂਟਸ ਜਿਹੜੇ ਕੰਮ 'ਤੇ ਹੁੰਦੇ ਆ। ਸੋ ਅਸੀਂ ਇਹਨਾਂ ਦੇ ਸਾਰੇ ਕਲਾਇੰਟ ਨਾਲ ਰਲ ਕੇ ਇਹ ਕੰਪਲੇਂਟ ਫਾਇਲ ਕੀਤਾ ਸੀਗਾ, ਅਤੇ ਫਿਰ ਪਹਿਲਾਂ ਉਹਨਾਂ ਨੇ ਇਨਵੈਸਟੀਗੇਸ਼ਨ ਕੀਤੀ, ਫਿਰ ਉਹਨਾਂ ਨੇ ਕਲਾਇੰਟ ਨੂੰ ਇੰਟਰਵਿਊ ਕੀਤਾ, ਜੇ ਬੀ ਹੰਟ ਵਾਲੇ ਨੂੰ ਇੰਟਰਵਿਊ ਕੀਤਾ, ਉਹ ਬਹੁਤ ਅੱਛਾ ਲੱਗਿਆ, ਅਤੇ ਫਿਰ ਬਾਅਦ 'ਚ ਸਾਡੀ ਨੈਗੋਸ਼ੀਏਸ਼ਨ ਹੋਈ ਜੇ ਬੀ ਹੰਟ ਨਾਲ, ਅਤੇ ਹੁਣ ਐਂਡ 'ਤੇ ਆ ਕੇ ਉਹਨਾਂ ਨੇ ਸੈਟਲਮੈਂਟ ਕਰ ਲਈ ਸਾਡੇ ਨਾਲ, ਅਤੇ ਉਹਨਾਂ ਨੇ ਅਗਰੀ ਕਰ ਦਿਆ ਵੀ ਉਹਨਾਂ ਦੀ ਪਾਲਿਸੀ ਪਹਿਲਾਂ ਗਲਤ ਸੀਗੀ, ਅਤੇ ਹੁਣ ਉਹ ਗਾਂ ਠੀਕ ਤਰੀਕੇ ਨਾਲ
religious accommodation ਦੇਣਗੇ। ਜੀ 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 ਸੋ ਇਹਦੇ ਵਿੱਚ ਇਹ ਵੀ ਹੈ ਕਿ ਉਹਨਾਂ ਤਕਰੀਬਨ 2.5 ਲੱਖ ਤੋਂ ਉੱਪਰ ਦੀ ਜਿਹੜੀ ਡੈਮੇਜਸ ਦੇ ਵਿੱਚ ਪੇ ਕਰਨਾ ਇਸ ਚੀਜ਼ ਨੂੰ ਮੰਨਿਆ ਅਤੇ ਆਪਣੇ ਜਿਹੜੇ ਲਾਜ਼ ਹੈਗੇ ਉਹਨੂੰ ਉਹਨਾਂ ਚੇਂਜ ਕਰਨ ਦੇ ਲਈ ਇਹਦੇ ਵਿੱਚ ਮੰਨਿਆ। ਹਾਂਜੀ ਸੋ ਆਪਦੀ ਪਾਲਿਸੀ ਗਾਂ ਹੀ ਚੇਂਜ ਕਰਨਗੇ ਅਤੇ ਇਹ ਜਿਹੜੇ ਪੈਸੇ ਕਲਾਇੰਟ ਨੂੰ ਦਿੱਤੇ ਆ ਚਾਰਾਂ ਨੂੰ ਇਕੱਠਿਆਂ ਨੂੰ ਇਹ ਡੈਮੇਜਸ ਪੰਜਾਬੀ 'ਚ ਤੁਸੀਂ ਕਹਿ ਸਕਦੇ ਹਾਂ ਵੀ ਨੁਕਸਾਨ ਜਿਹੜਾ ਹੋਇਆ ਸੀਗਾ ਉਹਨਾਂ ਦੀ ਕੰਪਨਸੇਸ਼ਨ ਹੈਗਾ। ਜੀ 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 ਸੋ ਇਹਦੇ ਵਿੱਚ ਇੱਕ ਚੀਜ਼ ਹੋਰ ਧਿਆਨ ਰੱਖਣ ਵਾਲੀ ਆ ਉਹ ਇਹ ਆ ਕਿ ਸੋ ਆਈ ਥਿੰਕ ਲਖਵੀਰ ਸਿੰਘ ਜੀ ਤੁਹਾਡੇ ਲਈ ਇਹ ਸਵਾਲ ਆ ਕਿ 2007 ਤੋਂ ਲੈ ਕੇ 2016 ਤੱਕ ਇੰਨਾ ਸਮਾਂ ਲੱਗ ਗਿਆ ਤਕਰੀਬਨ 9 ਸਾਲ ਲੱਗ ਗਏ ਜੱਜਮੈਂਟ ਦੇ ਲਈ ਅਤੇ ਤੁਸੀਂ ਇਸ ਟਾਈਮ ਦੇ ਵਿੱਚ ਫਿਰ ਤੁਸੀਂ ਜੇ ਬੀ ਹੰਟ ਦੇ ਵਿੱਚ ਨਹੀਂ ਵਰਕ ਕੀਤਾ ਤੁਸੀਂ ਹੋਰ ਕਿਤੇ ਕੰਮ ਕੀਤਾ। ਹਾਂਜੀ ਮੈਂ ਐਕਚੁਲੀ ਤੁਹਾਨੂੰ ਇਹ ਹੋਰ ਕਲੀਅਰ ਕਰਨਾ ਚਾਹੁੰਦਾ ਜਿੱਦਾਂ ਜੀ ਇਹ ਮੈਨੂੰ ਮੇਰੇ ਜਿਹੜੇ ਦੂਸਰੇ ਬੰਦੇ ਸੀ ਉਹਨਾਂ ਨੇ ਯਾਨੀ ਕਿ ਪਹਿਲਾਂ ਕੇਸ ਫਾਈਲ ਕੀਤਾ ਮੈਂ ਕੀਤਾ ਕਿ 2011 ਦੇ ਵਿੱਚ ਇਹ ਮੇਰੇ ਨਾਲ ਹੈਪਨ ਹੋਇਆ ਤੇ ਮੈਂ ਜਿੱਦਾਂ ਕੰਮ ਕੀਤਾ ਇਹਦੇ ਵਿੱਚ ਨਹੀਂ ਕੀਤਾ ਜੇ ਬੀ ਹੰਟ ਦੇ ਵਿੱਚ ਮੈਂ ਪਰ ਹੋਰ ਯਾਨੀ ਕਿ ਟੈਂਪ ਏਜੰਸੀ ਥਰੂ ਕੰਮ ਕੀਤਾ ਟੈਂਪਰੇਰੀ ਕੀਤਾ ਜਿੱਦਾਂ ਮੈਨੂੰ ਕਦੀ ਉਹਨਾਂ ਕੋਲ ਜੋਬ ਹੁੰਦੀ ਸੀ ਭੇਜ ਦਿੰਦੇ ਪਰ ਮੈਨੂੰ ਪਰਮਾਨੈਂਟ ਜੋਬ ਜਿਹੜੀ ਕਿਤੇ ਨਹੀਂ ਮਿਲੀ। ਜੀ 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 ਠੀਕ ਆ ਜੀ ਸੋ ਆਪਾਂ ਲੈਂਦੇ ਇੱਕ ਛੋਟਾ ਜਿਹਾ ਕਮਰਸ਼ੀਅਲ ਬ੍ਰੇਕ ਅਤੇ ਬ੍ਰੇਕ ਤੋਂ ਬਾਅਦ ਜਿਹੜੀ ਆਪਣੀ ਗੱਲਬਾਤ ਆ ਇਸ ਸੰਬੰਧ ਦੇ ਵਿੱਚ ਆਪਾਂ ਜਾਰੀ ਰੱਖਾਂਗੇ। ਬ੍ਰੇਕ ਤੋਂ ਬਾਅਦ ਬਹੁਤ ਸਵਾਗਤ ਹੈ ਜੀ ਪੰਜਾਬੀ ਰੇਡੀਓ USA ਸੁਣਨ ਵਾਲੇ ਸਾਡੇ ਸਾਰੇ ਮਾਣਕ ਸਰੋਤਿਆਂ ਦਾ ਪ੍ਰੋਗਰਾਮ ਝਰੋਖਾ ਦੇ ਵਿੱਚ ਜਿਹਦੇ ਵਿੱਚ ਅਸੀਂ ਗੱਲਬਾਤ ਕਰ ਰਹੇ ਹਾਂ ਇੱਕ ਬੜੇ ਹੀ ਅਹਿਮ ਮੁੱਦੇ ਦੇ ਉੱਤੇ ਸਿਕੁਲੇਸ਼ਨ ਤੋਂ ਸਾਡੇ ਨਾਲ ਪਵਨਪ੍ਰੀਤ ਕੌਰ ਜੀ ਅਤੇ ਲਖਬੀਰ ਸਿੰਘ ਜੀ ਸਾਡੇ ਨਾਲ ਅੱਜ ਲਾਈਨ 'ਤੇ ਜੁੜੇ ਨੇ ਅਤੇ ਅਸੀਂ ਗੱਲਬਾਤ ਕਰ ਰਹੇ ਹਾਂ ਜਿਹੜਾ ਇੱਕ ਕੇਸ ਹੈਗਾ ਸੀ ਸਿਕੁਲੇਸ਼ਨ ਨੇ ਲੜਿਆ ਜਿਹਦੇ ਵਿੱਚ ਸਿੱਖ ਕਮਿਊਨਿਟੀ ਦੇ 4 ਟਰੱਕ ਡਰਾਈਵਰਸ ਨੂੰ ਬਹੁਤ ਮੁਸ਼ਕਲਾਂ ਪੇਸ਼ ਆਈਆਂ ਉਹਨਾਂ ਨੂੰ ਇਹ ਕਿਹਾ ਗਿਆ ਕਿ ਜਿਹੜੇ ਆਪਣੇ ਡਰੱਗ ਟੈਸਟਿੰਗ ਦੇ ਲਈ ਆਪਣੇ ਕੇਸਾਂ ਦੇ ਜਿਹੜੇ ਸੈਂਪਲ ਆ ਸਾਨੂੰ ਕੱਟ ਕੇ ਜਾਂ ਪੁੱਟ ਕੇ ਦਿੱਤੇ ਜਾਣ ਪਰ ਉਹ ਸਕਸੈਸਫੁਲੀ ਸਾਰੀ ਕਮਿਊਨਿਟੀ ਦੇ ਸਹਿਯੋਗ ਦੇ ਨਾਲ ਸਿਕੁਲੇਸ਼ਨ ਨੇ ਲੀਡ ਲੈ ਕੇ ਜਿਹੜਾ ਕੇਸ ਨੂੰ ਸਿਰੇ ਲਾਇਆ ਸੋ ਅਸੀਂ ਗੱਲਬਾਤ ਕਰ ਰਹੇ ਆਪਣੀ ਗੱਲਬਾਤ ਨੂੰ ਕੰਟੀਨਿਊ ਰੱਖਦੇ ਹਾਂ ਲਖਬੀਰ ਸਿੰਘ ਜੀ ਇੱਕ ਸਵਾਲ ਤੁਹਾਡੇ ਲਈ ਇਹਦੇ ਵਿੱਚ ਇਹ ਆ ਕਿ ਹੁਣ ਜਿੱਦਾਂ ਤੁਸੀਂ ਕੇਸ ਜਿੱਤ ਲਿਆ ਤਾਂ ਤੁਸੀਂ ਇਹ ਹੁਣ ਕਿਸ ਤਰ੍ਹਾਂ ਮਹਿਸੂਸ ਕਰਦੇ ਪਏ ਹੋ ਇਸ ਕੇਸ ਨੂੰ ਜਿੱਤਣ ਤੋਂ ਬਾਅਦ ਇੱਕ ਸੈਂਸ ਆਫ ਅਕੰਪਲਿਸ਼ਮੈਂਟ ਹੁੰਦੀ ਆ ਪਰ ਨਾਲ ਦੀ ਨਾਲ ਜਿੱਦਾਂ ਤੁਸੀਂ ਪਹਿਲਾਂ ਦੱਸਿਆ ਕਿ ਕਾਫੀ ਹਾਰਡਸ਼ਿਪਸ ਵੀ ਆਈਆਂ ਇਹਦੇ ਵਿੱਚ ਪਰ ਅੱਜ ਹੁਣ ਜਦੋਂ ਕੇਸ ਇਹ ਸਰ ਹੋ ਗਿਆ ਸਿਰੇ ਲੱਗ ਗਿਆ ਤਾਂ ਤੁਸੀਂ ਅੱਜ ਕਿੱਦਾਂ ਦਾ ਮਹਿਸੂਸ ਕਰ ਰਹੇ ਹੋ ਅਤੇ ਇਹਨੂੰ ਇਹ ਤੋਂ ਕਹਿ ਲਓ ਕੇਸ ਜਿਹੜਾ ਵੀ ਕੋਈ ਵਰਤਾਰਾ ਹੁੰਦਾ ਉਹਦੇ ਤੋਂ ਅਸੀਂ ਕੁਛ ਨਾ ਕੁਛ ਸਿੱਖਦੇ ਹਾਂ ਓਵਰਆਲ ਤੁਸੀਂ ਕੀ ਸਿੱਖਿਆ ਜੋ ਤੁਸੀਂ ਕਮਿਊਨਿਟੀ ਦੇ ਨਾਲ ਸ਼ੇਅਰ ਕਰਨਾ ਚਾਹੋਗੇ? ਮੈਂ ਇਹ ਸ਼ੇਅਰ ਕਰਨਾ ਚਾਹੁੰਦਾ ਜੀ ਕਮਿਊਨਿਟੀ ਨਾਲ ਵੀ ਮੈਨੂੰ ਸਿੱਖ ਕੇ ਇਹ ਕੇਸ ਜਿੱਤ ਕੇ ਬਹੁਤ ਮਾਣ ਮਹਿਸੂਸ ਹੋ ਰਿਹਾ ਇਸ ਗੱਲ ਦਾ ਵੀ ਮਾਣ ਮਹਿਸੂਸ ਹੋ ਰਿਹਾ ਮੈਂ ਕੇਸ ਜਿੱਤ ਲਿਆ ਦੂਸਰਾ ਮੈਨੂੰ ਇਸ ਗੱਲ ਦਾ ਪ੍ਰਾਊਡ ਹੋ ਰਿਹਾ ਮੈਂ ਵਧੀਆ ਕੰਟਰੀ 'ਚ ਰਹਿ ਰਿਹਾ ਜਿੱਥੇ ਕਿ ਸਾਰਿਆਂ ਲਈ ਇੱਕੋ ਜਿਹੇ ਹੱਕ ਹਕੂਕ ਹੈਗੇ ਆ ਕੋਈ ਕਿਸੇ ਨਾਲ ਵੱਧ ਘੱਟ ਨਹੀਂ ਹੈਗਾ ਮੈਨੂੰ ਇਹ ਬਹੁਤ ਪ੍ਰਾਊਡ ਆ ਕਿਉਂਕਿ ਮੇਰਾ ਬਾਕੀ ਕੰਟਰੀਆਂ ਦਾ ਐਕਸਪੀਰੀਅੰਸ ਵੀ ਹੈਗਾ ਆ ਅਤੇ ਜਿੱਥੇ ਕਿਸੇ ਦੀ ਗੱਲ ਸੁਣੀ ਨਹੀਂ ਜਾਂਦੀ ਦੂਜਿਆਂ ਨੂੰ ਦਵਾਇਆ ਜਾਂਦਾ ਹੈਗਾ ਪਰ ਅਸੀਂ ਯਾਨੀ ਕਿ ਬਹੁਤ ਸਾਰੇ ਲੱਕੀ ਹਾਂ ਜਿਹੜੇ ਇੱਥੇ ਹੈਗੇ ਹਾਂ ਅਮੈਰੀਕਾ ਦੇ ਵਿੱਚ ਆਏ ਹਾਂ ਵੀ ਅਮੈਰੀਕਾ ਲਈ ਸਾਰਿਆਂ ਲਈ ਬਰਾਬਰ ਆ ਸਾਰਿਆਂ ਦੇ ਹੱਕ ਬਰਾਬਰ ਆ ਮੈਂ ਇਹ ਵੀ ਬੇਨਤੀ ਕਰਨਾ ਚਾਹੁੰਦਾ ਆਪਣੀ ਕਮਿਊਨਿਟੀ ਨੂੰ ਵੀ ਜਿਹੜੇ ਤੁਹਾਡੇ ਨਾਲ ਕਦੀ ਵੀ ਕੋਈ ਇੱਦਾਂ ਦੀ ਘਟਨਾ ਵਾਪਰਦੀ ਹੈਗੀ ਤੁਸੀਂ ਆਪਣੇ ਘਰ ਵਿੱਚ ਚੁੱਪ ਚਾਪ ਬੈਠੇ ਨਾ ਰਹੋ ਉਹਦੇ ਅਗੇਨਸਟ ਆਵਾਜ਼ ਉਠਾਉਣੀ ਚਾਹੀਦੀ ਆ ਜਿਹੜੀ ਕਿ ਸਾਡੇ ਆਉਣ ਵਾਲੀ ਜਨਰੇਸ਼ਨ ਲਈ ਸਾਡੇ ਬੱਚਿਆਂ ਲਈ ਬਹੁਤ ਭਲੇ ਦੀ ਗੱਲ ਹੈ ਆਪਣੇ ਲਈ ਤਾਂ ਹੈਗੀ ਸਾਡੀ ਕਮਿਊਨਿਟੀ ਲਈ ਵੀ ਭਲੇ ਦੀ ਗੱਲ ਹੈ ਜੀ। ਜੀ 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 ਸੋ ਇੱਕ ਬੜੇ ਵਿੱਚ ਇੱਕ ਅਹਿਮ ਚੀਜ਼ ਜਿਹੜੀ ਤੁਸੀਂ ਗੱਲਬਾਤ ਵਿੱਚ ਇਹ ਕਹੀ ਸੀ ਇਹ ਹੈ ਕਿ ਕਾਫੀ ਜਿਹੜੇ ਲੋਕ ਜਿੱਦਾਂ ਤੁਸੀਂ ਆਪਣੀ ਪਰਸਨਲ ਐਕਸਪੀਰੀਅੰਸ ਇਸ ਚੀਜ਼ ਦੇ ਨਾਲ ਸ਼ੇਅਰ ਕੀਤੇ ਕਿ ਉਹ ਕਹਿੰਦੇ ਸੀ ਕਿ ਇੱਥੇ ਕਿਹੜਾ ਕੋਈ ਦੇਖਦਾ ਜੇ ਤੂੰ ਸੈਂਪਲ ਦੇ ਵੀ ਦੇਵੇਂ ਸੋ ਹੋ ਸਕਦਾ ਕਿ
ਮੇਰੇ ਕੋਲ ਕੋਈ ਡੇਟਾ ਤਾਂ ਨਹੀਂ, ਪਰ ਹੋ ਸਕਦਾ ਕਿ ਕਾਫੀ ਜਿਹੜੇ ਲੋਕ ਆ ਉਹ ਇਸ ਟ੍ਰੈਪ ਦੇ ਵਿੱਚ ਆ ਗਏ ਹੁਣ। ਪਰ ਇੱਕ ਚੀਜ਼ ਬੜੀ ਜ਼ਰੂਰੀ ਆ ਅਤੇ ਮੈਂ ਤੁਹਾਡੇ ਨਾਲ ਇਹਦੇ ਸੰਬੰਧ ਵਿੱਚ ਪਵਨਪ੍ਰੀਤ ਕੌਰ ਜੀ ਗੱਲ ਕਰੂੰਗਾ ਕਿ ਕਿਉਂਕਿ ਸੈਕੂਲੇਸ਼ਨ ਜਿਹੜੇ ਸਿੱਖਾਂ ਦੇ ਹੱਕਾਂ ਦੇ ਲਈ ਕਾਫੀ ਲੀਗਲ ਬੈਟਲਸ, ਕਾਫੀ ਲੜਾਈਆਂ ਇਹਨਾਂ ਲੜੀਆਂ, ਹੋਰ ਕਿਹੜੇ ਕੇਸਿਸ ਹੈਗੇ ਆ ਜਿਹਦੇ ਵਿੱਚ ਤੁਹਾਨੂੰ ਲੱਗਦਾ ਕਿ ਜਿਹੜੇ ਇੰਪਲੋਇਰਸ ਆ ਉਹਨਾਂ ਖਾਸ ਤੌਰ ਦੇ ਉੱਤੇ ਇੱਦਾਂ ਦੇ, ਮੈਂ ਤੈਨੂੰ ਕਹੂੰਗਾ ਕਿ ਅਨਐਥੀਕਲ ਜੀ ਗੱਲ ਹੈਗੀ ਆ ਕਿ ਕਿਹੜਾ ਕੋਈ ਦੇਖਦਾ ਤੁਸੀਂ ਕਰ ਲਓ, ਕੀ ਇਹ ਇਹ ਜਿਹੜਾ ਵਰਤਾਰਾ ਹੈ ਕਾਫੀ ਕਾਮਨ ਆ ਟਰੈਕਿੰਗ ਇੰਡਸਟਰੀ ਦੇ ਵਿੱਚ ਤੇ ਹੋਰ ਵੀ ਜਾਬਾਂ ਦੇ ਵਿੱਚ? ਹੁਣ ਸਿੱਖਾਂ ਨੂੰ ਕਹਿਣ ਲੱਗ ਗਏ ਵੀ ਤੁਸੀਂ ਵਾਲ ਕੱਟ ਕੇ ਡਰੱਗ ਟੈਸਟਿੰਗ ਕਰੋ ਤੇ ਕੋਈ ਆਪਸ਼ਨ ਨਹੀਂ ਦਿੰਦੇ ਵੀ ਯੂਰਿਨ ਟੈਸਟ ਜਾਣੋ ਟੈਸਟ ਕਰੋ, ਤੇ ਇਹ ਇਹ ਗਲਤ ਗੱਲ ਆ। ਇਹ ਸਿਨਾਰੀਓ ਜਿਹੜੇ ਤੁਸੀਂ ਕਹਿੰਦੇ ਆ ਵੀ ਕਹਿੰਦੇ ਵੀ ਕੋਈ ਦੇਖਦਾ ਨਹੀਂ ਤੁਸੀਂ ਵਾਲ ਕੱਟ ਲਓ, ਇਹ ਮੈਂ ਕਦੇ ਹੋਰ ਸੁਣੀ ਨਹੀਂ ਗੱਲ। ਪਰ ਹੋਰ ਸੈਕਟਰ ਦੇ ਵਿੱਚ ਵੀ ਵਾਲ ਟੈਸਟਿੰਗ ਦੀ ਹੁਣ ਪਾਪੂਲੈਰਿਟੀ ਹੋ ਰਹੀ ਆ। ਠੀਕ ਆ, ਸੋ ਇੱਕ ਵਾਰ ਇਸ ਤਰ੍ਹਾਂ ਹੁੰਦਾ ਨਾ ਕਈ ਵਾਰ ਕਿ ਜੇ ਇੱਕ ਕੇਸ ਇਸ ਤਰ੍ਹਾਂ ਹੱਕ ਦੇ ਵਿੱਚ ਹੋ ਜਾਂਦਾ ਤਾਂ ਇੱਕ ਮਿਸਾਲ ਬਣ ਜਾਂਦਾ ਬਾਕੀ ਲੋਕਾਂ ਦੇ ਲਈ, ਅਤੇ ਯੂਨੋ ਕਈ ਵਾਰ ਇਸ ਤਰ੍ਹਾਂ ਵੀ ਹੁੰਦਾ ਕਿਉਂਕਿ ਹੁਣ ਪੰਜਾਬੀ ਰੇਡੀਓ ਯੂ ਐੱਸ ਏ ਨੂੰ ਕਾਫੀ ਸਾਡੇ ਸਰੋਤੇ ਸੁਣ ਰਹੇ ਆ ਕਿ ਜੇ ਮੰਨ ਲਓ ਵੀ ਇਸ ਚੀਜ਼ ਨੂੰ ਇਨਕਾਊਂਟਰ ਕਰਦੇ ਹੋ, ਤੁਸੀਂ ਆਹ ਜਿਹੜਾ ਕੇਸ ਆ ਜੇ ਬੀ ਹੰਟੇ ਦੀ ਰੈਫਰੈਂਸ ਦੇ ਸਕਦੇ ਹੋ, ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਕਾਨੂੰਨੀ ਤੌਰ ਦੇ ਉੱਤੇ ਹੋਰ ਕਿਹੜੇ ਕਿਹੜੇ ਆਪਸ਼ਨਸ ਜਾਂ ਵਿਕਲਪ ਜਿਹੜੇ ਆ ਮੌਜੂਦ ਆ, ਅਤੇ ਤੁਸੀਂ ਉਹਦੀ ਰੈਫਰੈਂਸ ਦੇਖ ਕੇ ਉਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਹੋ। ਸੋ ਲਖਵੀਰ ਸਿੰਘ ਜੀ, ਅਸੀਂ ਵਾਪਸ ਆਉਂਦੇ ਤੁਹਾਡੇ ਵੱਲ, ਇੱਕ ਗੱਲ ਹੋਰ ਇਹਦੇ ਵਿੱਚ ਇਹ ਹੈ ਕਿ ਤੁਸੀਂ ਇਸ ਚੀਜ਼ ਦੇ ਉੱਤੇ ਅੜੇ ਰਹੇ, ਕੋਈ ਸੌਖਾ ਕੰਮ ਕਹਿ ਲਓ ਕਿ ਹਿੰਮਤ ਚਾਹੀਦੀ ਹੁੰਦੀ ਆ, ਪਰ ਤੁਹਾਨੂੰ ਕੀ ਲੱਗਦਾ ਕਿ ਤੁਹਾਡਾ ਸੋਰਸ ਆਫ ਇੰਸਪੀਰੇਸ਼ਨ ਕੀ ਹੈ? ਤੁਸੀਂ ਇੰਨਾ 2011 ਤੋਂ ਲੈ ਕੇ 16 ਤਕਰੀਬਨ 5 ਸਾਲ ਤੱਕ ਤੁਸੀਂ ਇਹ ਕਾਨੂੰਨੀ ਲੜਾਈ ਲੜੀ, ਉਹਦੇ ਲਈ ਪੇਸ਼ੈਂਸ ਕਾਫੀ ਚਾਹੀਦੀ ਹੁੰਦੀ, ਹੌਸਲਾ ਬੜਾ ਚਾਹੀਦਾ। ਜੀ ਇੱਕ ਇਹ ਗੱਲ ਹੈ, ਇੱਕ ਤਾਂ ਤੁਹਾਡਾ ਜਾਣੀ ਤੁਹਾਡਾ ਰਹਿਣ ਸਹਿਣ ਕਿੱਥੇ ਆ, ਤੁਹਾਡੀ ਗੱਲ ਕਿਹਨਾਂ ਬੰਦਿਆਂ ਨਾਲ ਆ, ਤੁਸੀਂ ਕਿੱਥੇ ਕਿੱਥੇ ਜਾਂਦੇ ਆ, ਇਹ ਚੀਜ਼ ਦਾ ਬਹੁਤ ਇਸ ਚੀਜ਼ ਦੇ ਅਸਰ ਹੈ ਜੀ। ਜੇ ਤੁਸੀਂ ਹੁਣ ਮੈਂ ਤੁਹਾਨੂੰ ਆਪਣਾ ਖੁੱਲੇ ਤੌਰ 'ਤੇ ਆਪਣੇ ਮਨ ਤੋਂ ਦੱਸਦਾ, ਜੇ ਤੁਸੀਂ ਰੋਜ਼ ਗੁਰਦੁਆਰਾ ਸਾਹਿਬ ਜਾਂਦੇ ਆ, ਉੱਦਾਂ ਦੇ ਬੰਦਿਆਂ ਨਾਲ ਮਿਲਦੇ ਆ, ਤੁਸੀਂ ਉਹੋ ਜਿਹੇ ਹੋ ਜਾਓਗੇ, ਫਿਰ ਤੁਹਾਨੂੰ ਉਹ ਤੁਹਾਡਾ ਫਿਕਰ ਨਹੀਂ ਲੱਗੂਗਾ, ਇਹ ਨਹੀਂ ਹੋਊਗੀ ਫਿਕਰ, ਚਿੰਤਾ ਨਹੀਂ ਹੋਊਗੀ ਹੈਗੀ ਵੀ ਕਿਸੇ ਗੱਲ ਦੀ ਵੀ। ਤੇ ਬਾਕੀ ਜਿੱਦਾਂ ਵੀ ਤੁਸੀਂ ਜੇ ਤੁਸੀਂ ਗੱਲ ਕਰੋ ਫਾਈਨੈਂਸ਼ੀਅਲ ਦੀ, ਫਾਈਨੈਂਸ ਤੇ ਮੈਂ ਜਾਣੀ ਕਿ ਇਹ ਹੋਣਾ ਨਹੀਂ ਚਾਹੁੰਦਾ ਆਪਣੀ ਕਮਿਊਨਿਟੀ ਤੋਂ ਕਿਸੇ ਤੋਂ ਵੀ, ਇਹ ਗੱਲ ਨੂੰ ਮੈਂ ਕ੍ਰੈਡਿਟ ਕਾਰਡਾਂ ਤੋਂ ਆਪਣਾ ਗੁਜ਼ਾਰਾ ਕਰਦਾ ਰਿਹਾ ਜਾਂ ਕਿਸੇ ਥੋੜੇ ਬਹੁਤੇ ਪੈਸੇ ਮੰਗ ਲਿਆ ਕਿਸੇ ਆਪਣੇ ਯਾਰਾਂ ਦੋਸਤਾਂ ਤੋਂ, ਕਿਉਂਕਿ ਉੱਦਾਂ ਕਰਦਾ ਰਿਹਾ। ਬਾਕੀ ਇਸ ਚੀਜ਼ ਦਾ ਵੀ ਤੁਸੀਂ ਕਿਹਨਾਂ ਕਿਹਨਾਂ ਬੰਦਿਆਂ ਦੇ ਵਿੱਚ ਵਿਚਰਦੇ ਹੈਗੇ ਆ, ਉਹ ਚੀਜ਼ ਦਾ ਬਹੁਤ, ਜੇ ਤੁਸੀਂ ਆਪਣੇ ਆਪਣੇ ਧਰਮ ਦੇ ਬੰਦਿਆਂ ਦੇ ਵਿੱਚ ਜਾਂ ਜਿਹੜੇ ਕਮਿਊਨਿਟੀ ਦੇ ਬੰਦੇ ਉਹਨਾਂ ਵਿੱਚ, ਉਹ ਤੁਹਾਨੂੰ ਜਿਹੜੀ ਆ ਹੋਰ ਤੁਹਾਨੂੰ ਉਹਦੇ ਵਿੱਚੋਂ ਦੂਜਾ ਮਿਲਦਾ ਹੈਗਾ, ਤੁਹਾਡੇ ਬਲ ਮਿਲਦਾ ਤੁਹਾਡੇ ਮਨ ਨੂੰ ਜੀ, ਤੁਸੀਂ ਉਸ ਆਪਣੇ ਆਪਣੇ ਅਸੂਲਾਂ ਦੇ ਉੱਤੇ ਖੜੇ ਹੋਣ ਨੂੰ ਹੋਰ ਤਕੜੇ ਹੁੰਦੇ ਆ ਜੇ ਤੁਸੀਂ ਆਪਣੀ ਕਮਿਊਨਿਟੀ ਦੇ ਵਿੱਚ ਜਾਂਦੇ ਆ, ਗੁਰਦੁਆਰਾ ਸਾਹਿਬ ਜਾਂਦੇ ਆ, ਆਪਣੇ ਹੋਰ ਸਿੱਖ ਭਰਾਵਾਂ ਨਾਲ ਗੱਲ ਕਰਦੇ ਆ, ਉਹਨਾਂ ਦੇ ਵਿੱਚ ਤੁਹਾਨੂੰ ਬਲ ਮਿਲਦਾ, ਤੁਸੀਂ ਸਟਰੋਂਗ ਹੁੰਦੇ ਹੋਰ ਜ਼ਿਆਦਾ। ਜੀ ਜੀ, ਸੋ ਚੜ੍ਹਦੀ ਕਲਾ ਦਾ ਜਿਹੜਾ ਕਨਸੈਪਟ ਆ, ਸੋਰਸ ਆਫ ਇੰਸਪੀਰੇਸ਼ਨ ਆ, ਜ਼ਰੂਰ ਕਹਿੰਦੇ ਕਿ ਜ਼ਰੂਰ ਮੈਂ ਬਾਕੀ ਆਪਣੇ ਵੀਰਾਂ ਅੱਗੇ ਵੀ ਇਹ ਬੇਨਤੀ ਕਰਨਾ ਚਾਹੁੰਦਾ, ਕੋਈ ਇਦਾਂ ਦੀ ਪ੍ਰੋਬਲਮ ਕਦੀ ਵੀ ਜ਼ਿੰਦਗੀ ਵਿੱਚ ਜਿਹੜੀ ਕਿ ਤੁਹਾਨੂੰ ਢਾਲਾਂ ਦੀ ਹੋਵੇ, ਤੁਸੀਂ ਗੁਰਦੁਆਰਾ ਸਾਹਿਬ ਜਾਓ, ਆਪਣੇ ਹੋਰ ਮੇਰੇ ਭਰਾ ਵੀਰ ਆ ਗੁਰੂ ਖਾਲਸੇ ਦੇ, ਤਾਂ ਉਹਨਾਂ ਨਾਲ ਜ਼ਰੂਰ ਗੱਲ ਵਧੋ ਕਰੋ, ਤੁਹਾਨੂੰ ਤੁਸੀਂ ਆਪਣੇ ਆਪ ਚੜ੍ਹਦੀ ਕਲਾ ਵਾਲੇ ਹੋ ਜਾਓਗਾ ਜੀ। ਜੀ ਜੀ ਜੀ, ਸੋ ਇੱਕ ਚੀਜ਼ ਇਹਦੇ ਵਿੱਚ ਧਿਆਨ ਰੱਖਣ ਵਾਲੀ ਇਹ ਹੈ ਕਿ ਜਿਸ ਤਰ੍ਹਾਂ ਤੁਸੀਂ ਬੜੇ ਔਖੇ ਹੋ ਕੇ ਜਿੱਦਾਂ ਤੁਸੀਂ ਦੱਸਿਆ ਕਿ ਟਾਈਮ ਕੱਢਿਆ, ਪਰ ਇਹ ਆ ਕਿ ਇੱਕ ਹੁਣ ਮੀਲ ਪੱਥਰ ਬਣ ਗਿਆ, ਜਿਹੜੇ ਬਹੁਤ ਸਾਰੇ ਕਮਿਊਨਿਟੀ ਦੇ ਮੈਂਬਰ ਹੋਰ ਆ ਜਿਹੜੇ ਸੇਮ ਚੀਜ਼ ਦੇ ਵਿੱਚੋਂ ਜਾਣਗੇ, ਉਹਨਾਂ ਨੂੰ ਸ਼ਾਇਦ ਇਹ ਜਿਹੜੀ ਪ੍ਰੋਬਲਮ ਆ ਹੁਣ ਨਹੀਂ ਆਏਗੀ, ਕਿਉਂਕਿ ਜਿਹੜਾ ਕੇਸ ਉਹ ਸਾਡੇ ਸਾਹਮਣੇ ਆ, ਜੱਜਮੈਂਟ ਜਿਹੜੀ ਉਹ ਹੱਕ 'ਚ ਹੋਈ ਆ, ਸੋ ਉਹਨਾਂ ਦੇ ਜਿਹੜੇ ਔਖੇ ਦੇਣਾ ਸ਼ਾਇਦ ਉਹਨਾਂ ਨੂੰ ਇਸ ਚੀਜ਼ ਦੇ ਉੱਤੇ ਨਾ ਕੱਟਣੇ ਪੈਣ, ਤਾਂ ਇਹਦੇ ਲਈ ਮੈਂ ਇਹ ਚਾਹੁੰਦਾ ਮੈਂ ਸੋਚਦਾ ਕਿ ਤੁਸੀਂ ਬਿਲਕੁਲ ਵਧਾਈ ਦੇ ਪਾਤਰ ਹੋ। ਇੱਕ ਚੀਜ਼ ਸਰੋਤਿਓ, ਅਸੀਂ ਇੱਕ ਹੋਰ ਇਹਦੇ ਵਿੱਚ ਇਹ ਦੇਖਦੇ ਹਾਂ, ਇਹ ਆ ਕਿ ਜਦੋਂ ਅਸੀਂ ਨਵੀਂ ਜਗ੍ਹਾ ਦੇ ਉੱਪਰ ਜਾਂਦੇ ਹਾਂ, ਜੇ ਅਸੀਂ ਅਮੈਰੀਕਾ ਕੈਨੇਡਾ ਦੇ ਵਿੱਚ ਬੈਠੇ ਹਾਂ, ਆਪਾਂ ਇੱਥੋਂ ਦਾ ਆਜ਼ਾਦੀ ਦਾ ਨਿੱਘ ਮਾਣਦੇ ਹਾਂ, ਅਤੇ ਇਹ ਜਿਹੜਾ ਦੇਣ ਆ ਸਾਨੂੰ, ਇਹ ਕਾਫੀ ਜਿਹੜੀ ਸਟਰਗਲ ਆ ਉਹ ਸਾਡੇ ਜਿਹੜੇ ਪੂਰਵਜ ਇੱਥੇ ਆਏ, ਸ਼ਾਇਦ ਜਿਹੜੇ ਇਤਿਹਾਸ ਦੇ ਨਾਲ ਜਾਣਕਾਰ ਹੋਣਗੇ ਉਹਨਾਂ ਨੂੰ ਪਤਾ ਹੋਊਗਾ ਕਿ 1912 ਦੇ ਕਰੀਬ, 12 ਤੋਂ ਲੈ ਕੇ 14-15 ਦੇ ਆਸ ਪਾਸ ਬੈਲਿੰਗਹੈਮ ਵਾਸ਼ਿੰਗਟਨ ਦੇ ਵਿੱਚ ਸਿੱਖਾਂ ਦੇ ਵਿਰੋਧ ਦੇ ਵਿੱਚ ਦੰਗੇ ਹੋਏ ਸੀ, ਐਂਟੀ ਸਿੱਖ ਰਾਈਟਸ ਹੋਏ ਸੀ, ਉਹਨਾਂ ਨੂੰ ਕਿੱਦਾਂ ਸ਼ਹਿਰ ਦੇ ਵਿੱਚੋਂ ਬਾਹਰ ਕੱਢਿਆ ਗਿਆ। ਉਹ ਤੋਂ ਬਾਅਦ ਆਪਣੇ ਜਿਹੜੇ ਕਾਂਗਰਸਮੈਨ ਸਿੱਖ ਕਮਿਊਨਿਟੀ ਦੇ ਦਲੀਪ ਸਿੰਘ ਸੋਂਧ ਹੋਏ ਆ, ਉਹਨਾਂ ਨੇ ਕਿੱਦਾਂ ਦੀ ਫਾਈਟ ਕੀਤੀ ਇਮੀਗ੍ਰੇਸ਼ਨ ਲੈਣ ਦੇ ਲਈ। ਸੋ ਕਹਿਣ ਦਾ ਮਤਲਬ ਵੀ ਦੇਖੋ, ਕਈ ਵਾਰ ਇੱਦਾਂ ਹੁੰਦਾ ਕਿ ਚਲੋ ਜਿੱਦਾਂ ਹੁਣ ਲਖਵੀਰ ਸਿੰਘ ਨੇ ਦੱਸਿਆ, ਉਹਨੇ ਆਪਣੀ ਨਿੱਜੀ ਸਟਰਗਲ ਦੀ ਗੱਲ ਕੀਤੀ, ਕਈ ਵਾਰ ਇਸ ਤਰ੍ਹਾਂ ਵੀ ਹੋ ਜਾਂਦਾ ਕਿ ਬੰਦਾ ਕਹਿੰਦਾ ਚਲੋ ਯਾਰ ਟਾਈਮ ਟਪਾ ਲਓ ਆਪਣਾ ਦੇਖੋ,
ਪਰ ਇਹ ਚੀਜ਼ ਬਹੁਤੀ ਸਹੀ ਨਹੀਂ ਹੈਗੀ, ਕਿਉਂਕਿ ਇਹ ਜਿਹੜੀਆਂ ਚੀਜ਼ਾਂ ਜਦੋਂ ਆਪਾਂ ਇਹਨਾਂ ਚੀਜ਼ਾਂ ਨੂੰ ਇਗਨੋਰ ਕਰ ਦਿੰਦੇ ਹਾਂ, ਇਹਨੇ ਸਾਡੇ ਸਾਹਮਣੇ ਕਿਸੇ ਨਾ ਕਿਸੇ ਦਿਨ ਆਉਣਾ, ਜੇ ਹੋ ਸਕਦਾ ਸਾਡੇ ਸਾਹਮਣੇ ਨਾ ਆਉਣ, ਆਉਣ ਵਾਲੇ ਸਮੇਂ ਦੇ ਵਿੱਚ ਤਾਂ ਸਾਡੇ ਬੱਚਿਆਂ ਨੂੰ ਇਸ ਸਟਰਗਲ ਦੇ ਥਰੂ ਜਾਣਾ ਪਏ। ਸੋ ਇਹ ਬਹੁਤ ਜ਼ਿਆਦਾ ਜ਼ਰੂਰੀ ਆ ਕਿ ਜਦੋਂ ਆਪਾਂ ਨੂੰ ਇੱਦਾਂ ਦੀ ਕੋਈ ਚੀਜ਼ ਦੇਖਦੇ ਹਾਂ, ਕਿਉਂਕਿ ਜਿੱਦਾਂ ਲਖਵੀਰ ਸਿੰਘ ਨੇ ਦੱਸਿਆ ਕਿ ਅਸੀਂ ਅਮੈਰੀਕਾ ਦੇ ਵਿੱਚ ਰਹਿੰਦੇ ਹਾਂ, ਸਾਡੇ ਕੋਲ ਇੱਥੇ ਸਾਰੇ ਤਰ੍ਹਾਂ ਦੇ ਹੱਕ ਟੂਲਸ ਸੰਦ ਹੈਗੇ ਆ, ਪ੍ਰੋਸੈਸਿਸ ਹੈਗੀਆਂ ਜਿਹਦੇ ਨਾਲ ਅਸੀਂ ਆਪਣੀ ਗੱਲਬਾਤ ਆ ਉਹ ਸਾਰਿਆਂ ਦੇ ਨਾਲ ਸ਼ੇਅਰ ਕਰ ਸਕਦੇ ਹਾਂ। ਸੋ ਉਹ ਜਿਹੜੇ ਅਵੇਲੇਬਲ ਸਾਡੇ ਕੋਲ ਕਾਨੂੰਨ ਆ ਉਹਨਾਂ ਦਾ ਅਸੀਂ ਜ਼ਰੂਰ ਸਹਾਰਾ ਲਈਏ ਅਤੇ ਉਹਦੇ ਨਾਲ ਅਸੀਂ ਜਿਹੜਾ ਉਹ ਅੱਗੇ ਚੱਲੀਏ। ਸੋ ਪਵਨਪ੍ਰੀਤ ਕੌਰ ਜੀ, ਇੱਥੇ ਇੱਕ ਸਵਾਲ ਤੁਹਾਡੇ ਲਈ ਹੋਰ ਆ, ਕਿਉਂਕਿ ਸੈਕੂਲੇਸ਼ਨ ਸਿੱਖਾਂ ਦੇ ਹੱਕ ਦੇ ਵਿੱਚ ਸਿੱਖ ਕੌਜ਼ਿਸ ਦੇ ਲਈ ਕਾਫੀ ਉਹਨੇ ਕੰਮ ਕੀਤਾ। ਸੋ ਡਿਫਰੈਂਟ ਕਿਹੜੇ ਕਿਹੜੇ ਕੇਸਿਸ ਆ, ਕਿੱਦਾਂ ਦੇ ਕੇਸਿਸ ਆ ਜਿਹੜੇ ਆ ਉਹ ਤੁਸੀਂ ਇਨਕਾਊਂਟਰ ਕੀਤੇ ਜਾਂ ਦੇਖੇ, ਅਤੇ ਤੁਹਾਨੂੰ ਇੱਕ ਤਰ੍ਹਾਂ ਦਾ ਰੁਝਾਨ ਇਹ ਨਹੀਂ ਲੱਗਦਾ ਸਿੱਖ ਕਮਿਊਨਿਟੀ ਦੇ ਵਿੱਚ ਜਾਂ ਪੰਜਾਬੀ ਕਮਿਊਨਿਟੀ ਦੇ ਵਿੱਚ ਤਾਂ ਕਿ ਜਦੋਂ ਕਿ ਉਸ ਦਿਨ ਉਹਨਾਂ ਦੇ ਨਾਲ ਧੱਕਾ ਹੁੰਦਾ, ਜਾਂ ਅਸੀਂ ਆਮ ਤੌਰ 'ਤੇ ਇਹ ਦੇਖਿਆ ਕਿ ਜਦੋਂ ਉਹਨਾਂ ਦੇ ਨਾਲ ਕੋਈ ਡਿਸਕ੍ਰਿਮੀਨੇਸ਼ਨ ਹੁੰਦੀ ਹੈ ਤਾਂ ਉਹਨਾਂ ਨੂੰ ਪਤਾ ਲੱਗਦਾ ਕਿ ਡਿਸਕ੍ਰਿਮੀਨੇਸ਼ਨ ਨਹੀਂ ਆ, ਉਹਨੂੰ ਰਿਪੋਰਟ ਕਰਨ ਦੀ ਬਜਾਏ ਉਹਨੂੰ ਲੁਕਾ ਲੈਂਦੇ। ਕਿਉਂਕਿ ਮੈਂ FBI ਦੀ ਫਿਗਰਸ ਪੜ੍ਹਦਾ ਸੀ, ਹੁਣ FBI ਦੀ ਜਿਹੜੀ ਰਿਪੋਰਟਿੰਗ ਆ ਉਹਦੇ ਵਿੱਚ ਸਿੱਖਾਂ ਦਾ ਇੱਕ ਵੱਖਰਾ ਸੈਕਸ਼ਨ ਆ ਸਿੱਖਾਂ ਨਾਲ ਡਿਸਕ੍ਰਿਮੀਨੇਸ਼ਨ ਕੀ ਹੋਈ, ਅਤੇ ਉਹਨਾਂ ਦੇ ਰਿਜ਼ਲਟ ਸੇਮ ਮੈਂ ਦੇਖਦਾ ਸੀ ਕਿ ਪਿਛਲੇ ਸਾਲ ਦੇ ਰਿਜ਼ਲਟ ਦੇ ਵਿੱਚ ਸਿਰਫ 8 ਹੇਟ ਕ੍ਰਾਈਮ ਰਜਿਸਟਰ ਹੋਏ ਆ। ਇੱਕ ਕਮਿਊਨਿਟੀ ਦੇ ਵਿੱਚ ਇੱਦਾਂ ਦਾ ਟ੍ਰੈਂਡ ਜਿਹਾ ਨਹੀਂ ਬਣ ਗਿਆ ਕਿ ਜਦੋਂ ਕੋਈ ਹੇਟ ਕ੍ਰਾਈਮ ਹੁੰਦਾ ਉਹਨੂੰ ਕੋਈ ਬਾਹਰ ਹੀ ਨਹੀਂ ਕਰਦਾ ਜਾਂ ਰਿਪੋਰਟ ਹੀ ਨਹੀਂ ਕਰਦਾ? ਮੇਰਾ ਖਿਆਲ ਵੀ ਆਪਣੇ ਲੋਕ ਰਿਪੋਰਟ ਕਰ ਰਹੇ ਆ, ਇਹ ਜਿਹੜੇ ਫਿਗਰ ਹੈ ਇਹ ਪਹਿਲਾ ਹੀ ਸਾਲ ਹੈ ਵੀ ਇਹ ਰਿਪੋਰਟਿੰਗ ਸ਼ੁਰੂ ਹੋਈ ਆ, ਸੋ ਇਹ ਥੋੜ੍ਹੇ ਜਿਹੇ ਘੱਟ ਲੱਗਦੇ ਆ ਇਸ ਵੇਲੇ। ਅਤੇ ਇੱਕ ਹੋਰ ਗੱਲ ਹੈਗੀ ਆ ਵੀ ਜਿਹੜੀ ਪੁਲਿਸ ਵਾਲੇ ਉਹਨਾਂ ਨੂੰ ਮੈਂਡੇਟੋਰੀ ਰਿਪੋਰਟਿੰਗ ਨਹੀਂ ਰਿਕੁਆਇਰਡ, ਸੋ ਤਾਂ ਕਰਕੇ ਹੋ ਸਕਦਾ ਤਾਂ ਕਿ ਉਹ ਫਿਗਰ ਥੋੜ੍ਹਾ ਜਿਹਾ ਲੋ। ਅਤੇ ਕਦੇ ਕਦੇ ਐਂ ਵੀ ਹੁੰਦਾ ਵੀ ਹੇਟ ਕ੍ਰਾਈਮ ਸਿੱਖ ਤੇ ਹੋਇਆ ਤੇ ਉਹ ਲਿਖਦੇ ਆ ਵੀ ਮੁਸਲਿਮ ਹੇਟ ਕ੍ਰਾਈਮ ਹੋਇਆ, ਸੋ ਹਲੇ ਸਾਨੂੰ ਲੱਗਦਾ ਵੀ ਉਹ ਥੋੜੇ ਜਿਹੇ ਲੋ ਆ ਫਿਗਰ, ਪਰ ਅਗਲੇ ਸਾਲ ਸ਼ਾਇਦ ਹੋਰ ਜ਼ਿਆਦਾ ਐਕੂਰੇਟ ਹੋਣ। ਜੀ ਜੀ, ਸੋ ਹਾਂਜੀ, ਇੱਕ ਸਵਾਲ ਤੁਹਾਡੇ ਲਈ ਹੋਰ ਆ ਕਿ ਸੈਕੂਲੇਸ਼ਨ ਦੇ ਉੱਤੇ ਮੰਨ ਲਓ ਵੀ ਰੱਬ ਨਾ ਕਰੇ ਕਿਸੇ ਹੋਰ ਸਿੱਖ ਭੈਣ ਭਰਾ ਦੇ ਉੱਪਰ ਕੋਈ ਇੱਦਾਂ ਦਾ ਡਿਸਕ੍ਰਿਮੀਨੇਸ਼ਨ ਹੁੰਦੀ ਹੈ ਜਾਂ ਹੇਟ ਕ੍ਰਾਈਮ ਹੁੰਦਾ, ਸੈਕੂਲੇਸ਼ਨ ਦੇ ਉਹ ਕਿੱਦਾਂ ਸੈਕੂਲੇਸ਼ਨ ਨੂੰ ਕਿੱਦਾਂ ਸੰਪਰਕ ਕਰ ਸਕਦੇ ਜਾਂ ਰਿਪੋਰਟ ਕਰ ਸਕਦੇ, ਜਾਂ ਕਿਹੜੇ ਕਿਹੜੇ ਟੂਲਸ ਸੈਕੂਲੇਸ਼ਨ ਕੋਲ ਅਵੇਲੇਬਲ ਆ ਜਿਹਦੇ ਨਾਲ ਸੰਪਰਕ ਬਣਾਇਆ ਜਾ ਸਕਦਾ? ਓਕੇ ਜੀ, ਤੁਸੀਂ ਸਾਡੀ ਵੈਬਸਾਈਟ 'ਤੇ ਜਾ ਸਕਦੇ ਹਾਂ ਅਤੇ ਉਸ ਐਡਰੈਸ ਹੈਗਾ www.sikhcoalition.org, ਫਿਰ ਉਸ ਪੇਜ 'ਤੇ ਤੁਸੀਂ ਲੀਗਲ ਰਿਕੁਐਸਟ ਬਣਾ ਸਕਦੇ ਹਾਂ ਜੇ ਤੁਹਾਨੂੰ ਅਸਿਸਟੈਂਟ ਚਾਹੀਦੀ ਹੋਵੇ, ਤੁਸੀਂ ਸਾਡਾ ਫੋਨ ਨੰਬਰ ਵੀ ਕਾਲ ਕਰ ਸਕਦੇ ਹਾਂ ਜੇ ਤੁਹਾਡੇ ਨਾਲ ਕੋਈ ਹੇਟ ਕ੍ਰਾਈਮ ਜਾਂ ਕੋਈ ਹੋਰ ਇਹੋ ਜਿਹਾ ਇੰਸੀਡੈਂਟ ਹੋਇਆ, ਤੁਸੀਂ ਸਾਡੀ ਵੈਬਸਾਈਟ reporthate.org ਦੇ ਉੱਤੇ ਰਿਪੋਰਟ ਕਰ ਸਕਦੇ ਹਾਂ। ਜੀ ਜੀ ਜੀ, ਸੋ ਇਹ ਟੂਲ ਹੈਗੇ ਆ। ਹਾਂਜੀ ਜੀ, ਸੋ ਇਹਦੇ ਵਿੱਚ ਇੱਕ ਸਵਾਲ ਇਹ ਆ ਕਿ ਕਿੱਦਾਂ ਦੇ ਕੇਸਿਸ ਜਿਹੜੇ ਆ ਸੈਕੂਲੇਸ਼ਨ ਆਮ ਤੌਰ ਦੇ ਉੱਤੇ ਹੈਲਪ ਕਰਦੀ ਹੈ ਲੋਕਾਂ ਦੀ? ਅਸੀਂ ਆਮ ਤੌਰ ਤੇ ਹੇਟ ਕ੍ਰਾਈਮ ਦੇ ਕੇਸ ਤੇ ਹੈਲਪ ਕਰਦੇ ਆ, ਅਸੀਂ ਇੰਪਲੋਇਮੈਂਟ ਡਿਸਕ੍ਰਿਮੀਨੇਸ਼ਨ ਕੇਸਿਸ ਤੇ ਹੈਲਪ ਕਰਦੇ ਆ, ਤੇ ਜੇ ਕੋਈ ਪ੍ਰੋਫਾਈਲਿੰਗ ਹੋਈ ਆ ਜਾਂ ਜੇ TSA ਤੇ ਪ੍ਰੋਫਾਈਲਿੰਗ ਹੋਈ ਆ ਉਹ ਜੇ ਕੇਸਿਸ ਦਾ ਹੈਲਪ ਕਰਦੇ ਆ। ਤੇ ਇਸ ਟਾਈਮ ਦੇ ਉੱਤੇ ਸਭ ਤੋਂ ਵੱਧ ਜੇ ਅਸੀਂ ਕ੍ਰਾਈਮਸ ਦੀ ਗੱਲ ਕਰੀਏ ਵੀ ਕ੍ਰਾਈਮ ਅਗੇਂਸਟ ਸਿੱਖ, ਤੇ ਜਿਹੜੀ ਸਭ ਤੋਂ ਜ਼ਿਆਦਾ ਮਾਤਰਾ ਕ੍ਰਾਈਮ ਦੀ ਉਹ ਕੀ ਆ, ਜੇ ਤੁਹਾਡੇ ਕੋਲ ਨੰਬਰ ਜਾਂ ਸਟੈਟਿਸਟਿਕਸ ਹੋਣ ਕਿ ਸਭ ਤੋਂ ਵੱਧ ਹੇਟ ਕ੍ਰਾਈਮ ਜ਼ਿਆਦਾ ਕਿ ਜਾਂ ਜਿੱਦਾਂ ਤੁਸੀਂ TSA ਦੇ ਕੇਸ ਦੱਸੇ ਉੱਦਾਂ ਦੇ ਆ ਜਾਂ ਜੋਬ ਡਿਸਕ੍ਰਿਮੀਨੇਸ਼ਨ, ਕਿੱਦਾਂ ਦੇ ਕੇਸਿਸ ਆਪਾਂ ਨੂੰ ਜ਼ਿਆਦਾ ਦੇਖਣ ਨੂੰ ਮਿਲ ਰਹੇ ਆ? ਇਹ ਡਿਪੈਂਡ ਕਰਦਾ, ਦੇਖੋ ਜਦੋਂ ਕੋਈ ਹਮਲਾ ਹੁੰਦਾ ਉਸ ਤੋਂ ਬਾਅਦ ਜ਼ਿਆਦਾ ਹੇਟ ਕ੍ਰਾਈਮ ਦੇ ਕੇਸ ਆ ਜਾਂਦੇ ਆ, ਜਾਂ ਇਲੈਕਸ਼ਨ ਤੋਂ ਮੂਹਰੇ ਜਾਂ ਪਿੱਛੇ ਹੇਟ ਕ੍ਰਾਈਮ ਵੀ ਬਹੁਤ ਹੁੰਦੇ ਆ। ਸਾਡੀ ਕੇਸ ਤੋਂ ਜਿਹੜੀ ਹੈਗੀ ਆ ਅੱਧ ਕੁ ਇੰਪਲੋਇਮੈਂਟ ਡਿਸਕ੍ਰਿਮੀਨੇਸ਼ਨ ਵਾਲੀ ਹੁੰਦੀ ਆ ਸਾਲ ਦੇ ਵਿੱਚ। ਠੀਕ ਆ ਜੀ, ਸੋ ਜਗ੍ਹਾ ਤੋਂ ਜਗ੍ਹਾ ਡਿਪੈਂਡ ਕਰਦਾ। ਸੋ ਸਰੋਤੇ, ਅਸੀਂ ਸਾਰਿਆਂ ਦੇਖਿਆ ਕਿ ਜਿੱਦਾਂ ਦਾ ਇਲੈਕਸ਼ਨ ਦੇ ਵਿੱਚ ਮਾਹੌਲ ਬਣਿਆ ਉਹਦੇ ਵਿੱਚ ਅਸੀਂ ਖਾਸ ਤੌਰ 'ਤੇ ਜਿੱਦਾਂ ਦੀ ਉਹਦੀ ਮੀਡੀਆ ਰਿਪੋਰਟਿੰਗ ਹੋਈ ਜਾਂ ਪ੍ਰੈਜ਼ੀਡੈਂਟ ਇਲੈਕਟ ਡੋਨਲਡ ਟਰੰਪ ਦੇ ਜਿੱਦਾਂ ਦੇ ਬਿਆਨ ਆਏ ਉਹਦੇ ਦੌਰਾਨ ਵੀ, ਕਿਉਂਕਿ ਸਾਨੂੰ ਸਾਰਿਆਂ ਨੂੰ ਪਤਾ ਕਿ ਸਿੱਖਾਂ ਨੂੰ ਦੀ ਜ਼ਿਆਦਾ ਅਵੇਅਰਨੈਸ ਨਾ ਹੋਣ ਕਰਕੇ ਸਾਨੂੰ ਇੱਦਾਂ ਵੀ ਹੋ ਜਾਂਦਾ ਕਿ ਜਿਹੜੇ ਸਿੱਖ ਆ ਉਹ ਮੁਸਲਿਮ ਭਾਈਚਾਰੇ ਦੇ ਨਾਲ ਸੰਬੰਧ ਰੱਖਦੇ ਆ ਅਤੇ ਉਹ ਜਿਹੜੀ ਹੇਟ ਕ੍ਰਾਈਮ ਆ ਉਹ ਸਿੱਖਾਂ ਦੇ ਖਿਲਾਫ ਨਾ ਹੁੰਦਿਆਂ ਹੋਇਆਂ ਵੀ ਟਾਰਗੇਟ ਹੋ ਜਾਂਦੀ। ਇਹਦਾ ਮਤਲਬ ਇਹ ਨਹੀਂ ਕਿ
ਸਿੱਖਾਂ ਦੇ ਖਿਲਾਫ਼ ਨਹੀਂ ਹੋਣੀ ਚਾਹੀਦੀ ਤਾਂ ਮੁਸਲਮਾਨਾਂ ਭਾਈਚਾਰੇ ਦੇ ਖਿਲਾਫ਼ ਹੋਣੀ ਚਾਹੀਦੀ ਆ। ਗੱਲ ਉਹ ਨਹੀਂ ਆ, ਗੱਲ ਇਹ ਹੈ ਕਿ ਜਿਹੜੀ ਆਇਡੈਂਟੀਟੀ ਆ, ਆਇਡੈਂਟੀਟੀ ਸਾਡੀ ਆਮ ਤੌਰ ਦੇ ਉੱਤੇ ਇੱਕ ਉਹਦੀ ਮਿਸਟੇਕ ਲੱਗ ਜਾਂਦੀ ਆ ਆਮ ਲੋਕਾਂ ਨੂੰ, ਅਤੇ ਜਿਹੜੇ ਇੰਟੈਂਡਡ ਮੁਸਲਿਮਸ ਦੇ ਅਗੇਂਸਟ ਹੇਟ ਕ੍ਰਾਈਮ ਹੁੰਦੇ ਉਹ ਸਿੱਖਾਂ ਦੇ ਖਿਲਾਫ਼ ਹੋਣੇ ਕਈ ਵਾਰ ਹੋ ਜਾਂਦੇ ਆ। ਸੋ ਇਹ ਵੀ ਇੱਕ ਕਾਰਨ ਬਣ ਸਕਦਾ, ਸਾਨੂੰ ਐਜ਼ ਅ ਕਮਿਊਨਿਟੀ ਸਾਨੂੰ ਇਕੱਠਿਆਂ ਹੋਣਾ ਚਾਹੀਦਾ। ਇਸ ਸੰਬੰਧ ਦੇ ਵਿੱਚ ਵੀ ਕਾਫ਼ੀ ਕੁਛ ਕਰਨ ਦੀ ਲੋੜ ਆ, ਕੁਛ ਔਰਗਨਾਈਜੇਸ਼ਨਸ ਇਸ ਪਾਸੇ ਲੱਗੀਆਂ ਵੀ ਹੋਈਆਂ, ਅਤੇ ਸਾਡੀ ਇੰਡੀਵਿਜੁਅਲ ਰਿਸਪੋਂਸੀਬਿਲਟੀਜ਼ ਵੀ ਕੁਛ ਹੈਗੀਆਂ। ਅਤੇ ਹੁਣ ਕਿਉਂਕਿ ਅਸੀਂ ਸ਼ੋਅ ਦੇ ਬਿਲਕੁਲ ਅਖੀਰ ਦੇ ਵਿੱਚ ਜਾ ਰਹੇ ਹਾਂ, ਅਤੇ ਜਾਂਦੇ ਜਾਂਦੇ ਲਖਬੀਰ ਸਿੰਘ ਜੀ, ਤੁਸੀਂ ਪੰਜਾਬੀ ਰੇਡੀਓ USA ਦੇ ਮਾਧਿਅਮ ਦੇ ਰਾਹੀਂ ਸਰੋਤਿਆਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ? ਮੈਂ USA ਰੇਡੀਓ ਦੇ ਮਾਧਿਅਮ ਰਾਹੀਂ ਇਹ ਸੁਨੇਹਾ ਦੇਣਾ ਚਾਹੁੰਦਾ ਆਪਣੇ ਸੁਣਨ ਵਾਲੇ ਸਰੋਤਿਆਂ ਨੂੰ ਵੀ ਦੇਖੋ, ਜਿਹੜੇ ਵੀ ਜਿਹੜੀ ਤੁਹਾਡੀ ਆਇਡੈਂਟੀ ਆ ਜਾਂ ਅਸੀਂ ਪੱਗ ਬੰਨ ਕੇ ਜਾਂਦੇ ਹਾਂ ਜਾਂ ਕਿੱਦਾਂ ਆ ਨਾ, ਵੀ ਤੁਸੀਂ ਐਪਰੀਸ਼ੀਏਟ ਸਮਾਂ ਕਰਨਾ ਚਾਹੀਦਾ ਆ ਉਹਨਾਂ ਬੰਦਿਆਂ ਨੂੰ ਜਿਹੜੇ ਆਪਣੇ ਸਰੂਪ ਸਿੱਖੀ ਸਰੂਪ 'ਚ ਆਪਣੀ ਜੋਬ 'ਤੇ ਜਾਂਦੇ ਆ, ਨਾ ਕਿ ਤੁਸੀਂ ਕਈ ਵਾਰ ਉਹਨਾਂ ਨੂੰ ਇਹ ਕਹੋ ਵੀ ਨਹੀਂ ਜੈਸਾ ਦੇਸ਼ ਵੈਸਾ ਭੇਸ ਹੋਣਾ ਚਾਹੀਦਾ ਆ, ਕਿਉਂਕਿ ਇਸ ਚੀਜ਼ ਤੋਂ ਬਚੋ, ਕਿਉਂਕਿ ਅੱਜ ਸਾਨੂੰ ਸਾਰੀ ਸਿੱਖ ਕਮਿਊਨਿਟੀ ਨੂੰ ਥੋੜ੍ਹੀ ਤਕਲੀਫ਼ ਹੋ ਸਕਦੀ ਹੈ ਇਸ ਸਰੂਪ 'ਚ ਜਾਣਨਾ, ਪਰ ਇਹ ਸੋਚੋ ਵੀ ਸਾਡੇ ਆਉਣ ਵਾਲੇ ਬੱਚਿਆਂ ਲਈ ਤਾਂ ਰਸਤਾ ਖੁੱਲ੍ਹ ਜਾਊਗਾ। ਮੈਂ ਸਾਰਿਆਂ ਅੱਗੇ ਇਹੀ ਬੇਨਤੀ ਕਰਨਾ ਚਾਹੁੰਦਾ ਹਾਂ, ਆਪਣੇ ਪੂਰੇ ਸਿੱਖੀ ਸਰੂਪ 'ਚ ਜਾਓ, ਸਾਡੇ ਬੱਚਿਆਂ ਦੇ ਰਸਤੇ ਖੁੱਲ੍ਹ ਜਾਣ, ਸਾਡਾ ਤਾਂ ਚਲੋ ਜ਼ਿੰਦਗੀ ਕੱਟ ਗਈ, ਜਿਹਨੀ ਆਉਣਾ ਬੱਚਿਆਂ ਨੇ ਉਹਨਾਂ ਦੀ ਵਧੀਆ ਕੱਟ ਜਾਵੇ ਜੀ। ਜੀ ਜੀ, ਅਤੇ ਜਾਂਦੇ ਜਾਂਦੇ ਪਵਨਪ੍ਰੀਤ ਕੌਰ ਜੀ, ਤੁਹਾਡਾ ਕੀ ਮੈਸੇਜ ਆ ਜੀ ਪੰਜਾਬੀ ਰੇਡੀਓ USA ਦੇ ਸਰੋਤਿਆਂ ਦੇ ਲਈ? ਹਾਂਜੀ, ਸਾਡਾ ਮੈਸੇਜ ਹੈਗਾ ਵੀ ਜੇ ਤੁਸੀਂ ਆਪਣੇ ਹੱਕ ਨਾਲ ਜਾਣਕਾਰੀ ਚਾਹੁੰਦੇ ਆ ਜਾਂ ਤੁਹਾਨੂੰ ਲੱਗਦਾ ਵੀ ਤੁਸੀਂ ਧਾਰਮਿਕ ਜਾਂ ਨਸਲ ਦੇ ਤੌਰ ਤੇ ਡਿਸਕ੍ਰਿਮੀਨੇਟ ਹੋ ਰਹੇ ਆ ਕੰਮ ਤੇ ਜਾਂ ਹੋਰ ਕਿਤੇ, ਤੁਸੀਂ ਜ਼ਰੂਰ ਸਿਕੋਲੋਸ਼ਨ ਦੇ ਵਕੀਲਾਂ ਨਾਲ ਸੰਪਰਕ ਕਰੋ। ਜੀ ਜੀ ਜੀ, ਸੋ ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ ਲਖਬੀਰ ਸਿੰਘ ਜੀ ਅਤੇ ਪਵਨਪ੍ਰੀਤ ਕੌਰ ਜੀ, ਤੁਸੀਂ ਆਪਣੇ ਕੀਮਤੀ ਸਮੇਂ 'ਚੋਂ ਸਮਾਂ ਕੱਢ ਕੇ ਵਿਚਾਰਾਂ ਦੀ ਸਾਂਝ ਪਾਈ ਪੰਜਾਬੀ ਰੇਡੀਓ USA ਦੀ ਟੀਮ ਅਤੇ ਪੰਜਾਬੀ ਰੇਡੀਓ USA ਦੇ ਸਰੋਤਿਆਂ ਦੇ ਨਾਲ, ਅਤੇ ਬਾਕੀ ਜਿਹੜੀ ਤੁਸੀਂ ਖਾਸ ਤੌਰ 'ਤੇ ਲਖਬੀਰ ਸਿੰਘ ਜੀ ਤੁਸੀਂ ਗੱਲਾਂ ਕੀਤੀਆਂ ਇੱਕ ਸੋਰਸ ਆਫ ਇੰਸਪੀਰੇਸ਼ਨ ਆ, ਮੈਨੂੰ ਲੱਗਦਾ ਕਿ ਸਾਰੇ ਜਿਹੜੇ ਸਾਡੇ ਸਰੋਤਿਆਂ ਉਹਨਾਂ ਨੇ ਜ਼ਰੂਰ ਥੋੜ੍ਹੀ ਸੇਧ ਲੈਣੀ ਚਾਹੀਦੀ ਕਿ ਜਿਹੜੇ ਆਪਣੇ, ਕਿਉਂਕਿ ਅਸੀਂ ਅਮੈਰੀਕਾ ਦੇ ਵਿੱਚ ਬੈਠਾ, ਮੈਂ ਚੀਜ਼ ਨੂੰ ਰਿਪੀਟ ਕਰਦਾ ਕਿ ਅਸੀਂ ਅਮੈਰੀਕਾ ਦੇ ਵਿੱਚ ਬੈਠੇ ਹਾਂ, ਜਿਹੜਾ ਕਾਨੂੰਨ ਆ ਸਾਡੇ ਹੱਕਾਂ ਦੀ ਰਾਖੀ ਕਰਦਾ ਇੱਥੇ, ਅਤੇ ਸਾਨੂੰ ਬਿਲਕੁਲ ਕਿਸੇ ਤਰ੍ਹਾਂ ਦਾ ਕੋਈ ਜਿਹੜਾ ਕੰਪਰੋਮਾਈਜ਼ ਆ ਉਹ ਨਹੀਂ ਕਰਨਾ ਚਾਹੀਦਾ। ਅਤੇ ਫਿਰ ਤੋਂ ਜਾਂਦੇ ਜਾਂਦੇ ਇੱਕ ਵਾਰੀ ਬਹੁਤ 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 ਧੰਨਵਾਦ, ਅਤੇ ਸਰੋਤਿਓ ਤੁਹਾਡੀ ਫੀਡਬੈਕ ਬਹੁਤ ਇੰਪੋਰਟੈਂਟ ਆ ਸਾਡੇ ਸ਼ੋਅ ਦੇ ਲਈ, ਤੁਹਾਨੂੰ ਇਹ ਸ਼ੋਅ ਕਿੱਦਾਂ ਦਾ ਲੱਗਾ, ਚੰਗਾ ਲੱਗਾ, ਮਾੜਾ ਲੱਗਾ, ਇਹਦੇ ਵਿੱਚ ਅਸੀਂ ਕੀ ਇੰਪਰੂਵਮੈਂਟ ਕਰ ਸਕਦੇ ਹਾਂ, ਤੁਸੀਂ ਆਪਣੀ ਜਿਹੜੀ ਫੀਡਬੈਕ ਆ ਉਹ ਸਾਡੇ ਨਾਲ ਜ਼ਰੂਰ ਸ਼ੇਅਰ ਕਰੋ, info@punjabiradio.usa.com ਦੇ ਉੱਤੇ ਜਾ ਕੇ ਜਾਂ 400-8-252-5200 ਦੇ ਉੱਤੇ ਕਾਲ ਕਰਕੇ ਤੁਸੀਂ ਆਪਣੀ ਫੀਡਬੈਕ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ। ਸੋ ਇਹਦੇ ਨਾਲ ਹੀ ਜਿਹੜਾ ਅੱਜ ਦਾ ਸ਼ੋਅ ਦੀ ਇੱਥੇ ਅਸੀਂ ਸਮਾਪਤੀ ਕਰਦੇ ਹਾਂ ਜੀ, ਜਿਉਂਦੇ ਵਾਸਤੇ ਰਹੋ, ਚੜ੍ਹਦੀ ਕਲਾ ਦੇ ਵਿੱਚ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA, ਸਾਰਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ।